ਖੇਡ ਮੈਦਾਨ ਦੇ ਵਿੱਚ ਸੋਹਣੀ ਕਬੱਡੀ ਪਾਉਂਦਾ ਹੋਇਆ ਕਿ ਖੇਡ ਕਬੱਡੀ ਦੀ ਗੱਲ ਹੈ, ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਤੇ ਅਗਲੀਆਂ ਟੀਮਾਂ ਨੂੰ ਸੱਦਾ ਦੇਈਏ ਜਲਦੀ ਆ ਜਾ। ਲਓ ਜੀ ਸਾਹਮਣੇ ਆਪਾਂ ਵੇਖਦੇ ਹਾਂ ਸ਼ੇਰ ਸਿੰਘ ਕਬੱਡੀ ਪਾ ਰਿਹਾ ਵਾਕਈ ਸ਼ੇਰ ਤੇ ਬਘੇਲਾ ਆ ਜਾਣ ਦੋਵੇਂ ਟੀਮਾਂ ਮਾਨੂ ਕੇ ਗਿੱਲ ਤੇ ਬਘੇਲਾ, ਮਾਨੂ ਕੇ ਗਿੱਲ ਤੇ ਬਘੇਲੇ ਦੀ ਟੀਮ ਆਪਣੀ ਤਿਆਰੀ ਫੜ ਕੇ ਮੈਦਾਨ ਦੇ ਵਿੱਚ ਪੁੱਜੇਗੀ ਜਲਦੀ ਦੇ ਨਾਲ। ਦੋਨੋਂ ਟੀਮਾਂ ਦੇ ਜਿਹੜੀ ਇਹਨਾਂ ਦੇ ਵਿੱਚ ਜਿੱਤੀ ਉਹ ਗਗੜੇ ਨਾਲ ਮੈਚ ਹੋਊ ਬਈ, ਠੀਕ ਹੈ ਜੀ, ਜਿਹੜੀ ਜਿੱਤੇਗੀ ਉਹ ਬਘੇਲੇ ਨਾਲ ਖੇਡੇਗੀ। ਆਪਾਂ ਦੌਲੀ ਦੀ ਕਬੱਡੀ ਦੇ ਨਾਲ ਜੁੜਦੇ ਹਾਂ, ਗੁਰਮੇਲ ਸਿੰਘ ਕੌਡੀ ਖੇਡਣ ਚਾਰ ਸਲੀਕੇ, ਫੁਰਤੀ ਦਾ ਦਲੇਰੀ ਚੋਰ, ਜਿਹਨੂੰ ਚਾਰੇ ਆ ਕੇ ਯਾਰੋ ਬਣ ਜੇ ਉਹ ਕਲਹਿਰੀ ਮੋਰ, ਬਣ ਹੀਰਾ ਵਿੱਚ ਦੁਨੀਆ ਚਮਕੇ, ਜਾਂਦਾ ਅੱਡੀਆਂ ਨਾਲ ਪਤਾਸੇ ਭੋਰ, ਪੱਛੋ ਆਣੀਆਂ ਲੱਖ ਯਤਨਾਂ ਦੇ ਬਾਅਦ ਵੀ ਉਹਦੀ ਕਿਸੇ ਦੇ ਹੱਥ ਨਾ ਆਉਂਦੀ ਡੋਰ, ਕੌਡੀ ਖੇਡਣ ਚਾਰ ਸਲੀਕੇ, ਫੁਰਤੀ ਦਾ ਦਲੇਰੀ ਚੋਰ। ਲਓ ਇੱਕ ਪਾਸੇ ਅੰਬੂ ਘੱਲਾਂ ਦੀ ਧਰਤੀ ਦਾ ਔਰ ਦੂਸਰੇ ਪਾਸੇ ਸਿੱਖ ਸਰਦਾਰ ਸ਼ੇਰ ਸਿੰਘ ਲੁਧਿਆਣੇ ਜ਼ਿਲ੍ਹੇ ਦਾ, ਹੋਇਆ ਕੀ ਹੈ ਕੁੜੀ ਹੈ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਲੁਧਿਆਣੇ ਦਾ, ਮੈਂ ਵੀ ਲੁਧਿਆਣੇ ਦਾ, ਲੱਖ ਵਰਗਾ ਬੂਟਾ ਸਿੰਘ ਜੀ 100 ਰੁਪਇਆ ਮੁੰਡੇ ਨੂੰ ਦੇ ਦੇ ਸਰ, ਬੂਟਾ ਸਿੰਘ ਜੀ ਪ੍ਰਧਾਨ ਸਾਹਿਬ, ਇੱਕ 100 ਰੁਪਇਆ ਇਸ ਰਾਜਵਾਨ ਦੇ ਲਈ, ਇੱਕ ਬਸੰਤ ਤੇਰੇ ਲਈ 100 ਰੁਪਇਆ, ਇੱਕ ਗੁਰਚਰਨ ਦੇ ਲਈ ਸਰ ਬੂਟਾ ਸਿੰਘ ਜੀ ਪ੍ਰਧਾਨ ਸਾਹਿਬ ਭੇਜਦੇ ਹੈ। ਦੂਸਰੇ ਪਾਸੇ ਦੌਲੀ ਦੀ ਕਬੱਡੀ ਹੈ, ਵਾਹ ਓਏ ਨੌਜਵਾਨਾਂ ਖੇਡ ਮੈਦਾਨ ਦੇ ਵਿੱਚ ਤਾੜੀਆਂ ਮਾਰੋ ਇੱਕ ਵਾਰੀ ਦੋਹਾਂ ਟੀਮਾਂ ਦੇ ਲਈ। ਯਾਰ ਕਿਹੜੀ ਟੀਮ ਜੇਤੂ ਆ ਵੀਰ ਜੀ ਮੈਨੂੰ ਦੱਸਿਓ ਜਰਾ, ਇਸ ਮੁਕਾਬਲੇ ਵਿੱਚੋਂ ਮਾਲਕ, ਕਿਉਂਕਿ ਟੀਮਣਾ ਸਾਡੇ ਉੱਤੇ ਨਾਲ ਦੇ ਮਿੱਤਰ ਹੈ ਔਰ ਆਪਾਂ ਧੰਨਵਾਦ ਕਰਦੇ ਹਾਂ, ਮਾਲਕ ਦੇ ਪੁਆਇੰਟ ਨੇ 7.5 ਤੇ ਘੱਲਾਂ ਦੇ ਪੁਆਇੰਟ ਆ ਜੀ 11, ਘੱਲ ਘੱਲਾਂ ਦੀ ਟੀਮ ਜੇਤੂ ਹੈ ਇਸ ਮੁਕਾਬਲੇ ਵਿੱਚੋਂ। ਹਾਂ ਦਰਸ਼ਕ ਵੀਰ ਦੋਹਾਂ ਟੀਮਾਂ ਨੂੰ ਪਿਆਰ ਕਰਦੇ ਹਾਂ। ਆ ਬਾਈ ਜੀ ਟੈਂਟ ਵਾਲੇ ਸੇਵਾਦਾਰਾਂ ਨੂੰ ਬੇਨਤੀ ਆ ਵੀ ਸਟੇਜ ਦੇ ਉੱਤੇ ਜਿਹੜੇ ਆਪਣੇ ਲੀਡਰ ਸਾਹਿਬਾਨ ਆਏ ਹੋਏ ਆ ਇਹਨਾਂ ਨੂੰ ਪਾਣੀ ਪਿਆਉਣ, ਟੈਂਟ ਦੇ ਨਾਲ ਜਿਹੜੇ ਬੰਦੇ ਆਏ ਹੋਏ ਆ ਸਟੇਜ ਦੇ ਉੱਤੇ ਪਾਣੀ ਪਿਆਉਣ ਉਹ ਬੈਠੇ ਬੰਦਿਆਂ ਨੂੰ। ਹਾਂਜੀ ਗੁਰਦੇਵ ਸਿੰਘ ਜੀ, ਸਮਰਾ ਸਾਹਿਬ ਉਹਨਾਂ ਨੇ ਵੀ ਮਾਇਆ ਬੋਲੀ ਸੀ, ਉਹ ਵੀ ਦੇਣਗੇ ਆਪਣੇ ਘੱਲਾ ਵਾਲੇ ਮਿੱਤਰਾਂ ਨੂੰ। ਸਮਰਾ ਸਾਹਿਬ, ਸਰਪੰਚ ਸਾਹਿਬ ਸਰ ਅੰਗਰੇਜ਼ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੈ, ਦੋਨੋਂ ਟੀਮਾਂ ਆਓ ਜੀ ਗਰਾਊਂਡ ਦੇ ਵਿੱਚ, ਬਘੇਲੇ ਵਾਲਾ ਕਿੱਥੇ ਹੈ ਤੇ ਮਾਨੂ ਕੇ ਗਿੱਲ ਆ ਜਾਓ ਬਈ, ਸੁਲਝੋ ਇਹ ਖਿਡਾਰੀ ਆ ਤੁਸੀਂ ਮੇਰੇ ਵੀਰ, ਛੇਤੀ ਆ ਜਾਓ ਆਪਾਂ ਟਾਈਮ ਦੇ ਨਾਲ ਸਮਾਪਤੀ ਕਰ ਦਈਏ। ਵਾਹ ਜੀ, ਆ ਤਾਂ ਸਵਾਦ ਹੀ ਵੱਧ ਗਿਆ ਕਿਰ ਬੂਟਾ ਸਿੰਘ ਜੀ ਪ੍ਰਧਾਨ ਸਾਹਿਬ, ਮੁਬਾਰਕਬਾਦ ਆ ਤੁਹਾਡੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ, ਇਕੱਠ ਵੀ ਬਹੁਤ ਹੈ, ਜਿਵੇਂ ਬੀਬੋ ਭੂਆ ਕਹਿੰਦੀ ਹੁੰਦੀ ਆ ਬੇਜਾਈ ਇਕੱਠ ਹੈ। ਹਾਂ ਕਿਆ ਬਾਤ ਹੈ, ਆਓ ਜੀ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਪਹਿਲਾ ਸੈਮੀ ਫਾਈਨਲ ਮੈਚ ਦੋਹਾਂ ਟੀਮਾਂ ਦੇ ਵਿੱਚ ਖੇਡਿਆ ਜਾਣਾ ਹੈ। ਬਾਈ ਜੀ ਘੱਲਾਂ ਵਾਲੀ ਜਿਹੜੀ ਟੀਮ ਹੈ ਉਹ ਆਪਦਾ ਨਾਮ ਲੈ ਜਾਣ, ਅੰਗਰੇਜ਼ ਸਿੰਘ ਸਮਰੇ ਵੱਲੋਂ ਜਿਹੜੇ ਦਿੱਤੇ ਗਏ ਹੋਏ ਘੱਲਾਂ ਵਾਲੀ ਟੀਮ ਨੂੰ, ਜਾਫੀ ਸਿੰਘ ਆਪਦੇ ਨਾਮ ਲੈ ਜਾਓ ਜੀ। ਠੀਕ ਹੈ ਜੀ, ਗੁਰਦੇਵ ਸਿੰਘ ਜੀ ਮਾਣ ਦੇ ਦਿਓ ਜਿਵੇਂ ਜਿਵੇਂ ਖਿਡਾਰੀ ਆਉਂਦੇ ਹੈ, ਪਰ ਮੈਂ ਦੋਹਾਂ ਟੀਮਾਂ ਨੂੰ ਬੇਨਤੀ ਕਰਾਂਗਾ ਮਾਨੂ ਕੇ ਗਿੱਲ ਤੇ ਬਘੇਲੇ ਵਾਲੇ ਦਾ, ਕਹਿੰਦੇ ਵੀ ਪਹਿਲਾ ਸੈਮੀ ਫਾਈਨਲ ਮੈਚ ਖੇਡ ਮੈਦਾਨ ਦੇ ਵਿੱਚ ਇਕੱਲੀ ਇਕੱਲੀ ਕਬੱਡੀ, ਹੁਣ ਲੱਖ ਲੱਖ ਰੁਪਏ ਦੀ ਗੇਲਿਆ ਪੈਣੀ ਹੈ ਜਿੱਦਾਂ ਪਹਿਲਾ ਮੈਚ ਦੇਖਿਆ, ਤੇ ਆ ਤੇ ਨੁਕਸਾਨ ਹੀ ਕਰੇਗਾ ਜਗਤਾਰ ਸਿੰਘ 5-7 ਸਿੱਟਾਂ ਦਾ, ਤੇ ਮਾਨ
ਗੁੱਸਾ ਨਹੀਂ ਕਰਨਾ ਹੈ। ਦੂਸਰੇ ਪਾਸੇ ਸਿਮਰਨਜੀਤ ਸਿੰਘ ਜੀ ਭੋਲੇ ਉਹਨਾਂ ਦੇ ਵੱਡੇ ਪ੍ਰਬੰਧ ਹੈ ਤੇ ਹਰਬੰਸ ਸਿੰਘ ਜੀ ਧਾਲੀਵਾਲ ਸਾਹਿਬ ਇਸ ਕਬੱਡੀ ਦੇ ਮਹਾਂਕੁੰਭ ਦੇ ਸਰਪ੍ਰਸਤ ਹੈ ਤੇ ਪਿੰਡ ਦੇ ਸਰਪੰਚ ਹੈ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਪੂਰੇ ਪਿੰਡ ਨੂੰ। ਦੋਹੇ ਟੀਮਾਂ ਦਾ ਇੱਕ ਮਿੰਟ ਦਾ ਸਮਾਂ ਹੈ ਸਿਰਫ ਖੇਡ ਮੈਦਾਨ ਦੇ ਵਿੱਚ ਆਉਣ ਦੇ ਲਈ, ਫਿਰ ਹਨੇਰਾ ਹੋ ਜਾਊਗਾ, ਕੋਈ ਸਵਾਦ ਨਹੀਂ ਆਉਣਾ। ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਪਹੁੰਚਣ। ਬਘੇਲੇ ਵਾਲਾ ਤੇ ਮਾਨੂ ਕੇ ਗਿੱਲ ਦੀ ਟੀਮ ਜਲਦੀ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰੇ। ਦੋਨੋਂ ਟੀਮਾਂ ਨੂੰ ਬੇਨਤੀ ਹੈ, ਦੋਨੋਂ ਟੀਮਾਂ ਨੂੰ ਰਿਪੋਰਟ ਆਪਣੇ ਜਲਦੀ ਕਰਨ। ਦੋਨੋਂ ਟੀਮਾਂ ਮਾਨੂ ਕੇ ਗਿੱਲ ਤੇ ਬਘੇਲੇ ਵਾਲਾ, ਜੇ ਬਈ ਹਨੇਰਾ ਹੁੰਦਾ ਪ੍ਰਬੰਧਕ ਕਮੇਟੀ ਆਖਦੀ ਆ ਵੀ ਅਸੀਂ ਫਿਰ ਕੱਲ ਨੂੰ ਮੈਚ ਕਰਾਵਾਂਗੇ। ਆ ਦੋਨੇ ਜਿਹੜੇ ਕਮੈਂਟਰ ਵੀਰ ਆ ਬਸੰਤ ਸਿੰਘ ਹੋਣਾ ਨੂੰ, ਦੋਨਾਂ ਕਮੈਂਟਰ ਵੀਰਾਂ ਨੂੰ ਅੰਗਰੇਜ਼ ਸਿੰਘ ਸਰਪੰਚ ਦੌਲਤਪੁਰਾ ਉੱਚਾ ਵੱਲੋਂ 100-100 ਰੁਪਏ ਦਾ ਸਪੈਸ਼ਲ ਇਨਾਮ ਦੋਨਾਂ ਕਮੈਂਟਰ ਵੀਰਾਂ ਨੂੰ, ਅੰਗਰੇਜ਼ ਸਿੰਘ ਸਮਰਾ ਸਾਹਿਬ ਦੌਲਤਪੁਰਾ ਉੱਚਾ ਸਰਪੰਚ ਸਾਹਿਬ ਵੱਲੋਂ ਹੈ ਜੀ, ਮੇਰੇ ਕੋਲੋਂ ਆਣ ਕੇ ਲੈ ਜਾਣੇ। ਬਹੁਤ ਬਹੁਤ ਧੰਨਵਾਦ ਗੁਰਦੀਪ ਸਿੰਘ ਜੀ, ਅੰਗਰੇਜ਼ ਸਾਹਿਬ ਸਾਡੇ ਸਮਰਾ ਸਾਹਿਬ ਉਹਨਾਂ ਦਾ ਤੇ ਨਾਲ ਤੁਹਾਡਾ, ਤੁਹਾਡੇ ਕੋਲ ਕੋਈ 100-100 ਦਾ ਨੋਟ ਜਿਹੜਾ ਬੋਲਿਆ ਜਾ ਰਿਹਾ ਹੈ ਉਹ ਵੀ ਗੁਰਦੀਪ ਸਿੰਘ ਜੀ ਦੇਣਗੇ। ਇੱਕ 100-100 ਰੁਪਇਆ ਆਪਣੀ ਜੇਬ ਦੇ ਵਿੱਚੋਂ, ਇੱਕ 100-100 ਰੁਪਇਆ ਸਾਡੇ ਬਹੁਤ ਹੀ ਸਤਿਕਾਰਯੋਗ ਅੰਗਰੇਜ਼ ਸਿੰਘ ਜੀ ਸਮਰਾ ਦੇ ਰਹੇ ਨੇ। ਆਪ ਵੀ ਬਘੇਲੇ ਵਾਲੇ ਵਾਲਿਆ ਜਲਦੀ ਆ ਜਾ ਪੁੱਤਰਾ ਖੇਡ ਮੈਦਾਨ ਦੇ ਵਿੱਚ। ਦਰਸ਼ਕ ਵੀਰ ਕਹਿੰਦੇ ਵੀ ਬੂਟਾ ਸਿੰਘ ਅਸੀਂ ਫਾਈਨਲ ਦੇ ਕੇ ਜਾਣਾ ਹੈ ਤੇ ਆਪਾਂ ਹਨੇਰਾ ਨਹੀਂ ਹੋਣ ਦੇਣਾ ਹੈ, ਫਾਈਨਲ ਨਾਲ ਹੀ ਦਿਖਾ ਦੇਣਾ ਹੈ। ਅਗਲੀਆਂ ਟੀਮਾਂ ਨੂੰ ਵੀ ਬੇਨਤੀ ਕਰਾਂਗੇ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ। ਮਾਨੂ ਕੇ ਗਿੱਲ ਕਿੱਥੇ ਨੇ? ਆਪ ਹੀ ਲੱਖਿਆ ਨੌਜਵਾਨਾਂ ਖੇਡ ਮੈਦਾਨ ਦੇ ਵਿੱਚ ਆਪ ਹੀ ਮੈਚ। ਦਰਸ਼ਕ ਵੀਰੋ ਜਿਹੜਾ ਕਹਿੰਦੇ ਵੀ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਇਸ ਤੋਂ ਅਗਲਾ ਮੈਚ ਗੇਲਿਆ ਇੱਕ ਵਾਰੀ ਦੱਸੀ ਕਿਹਦਾ ਕੀ ਦਿਨ ਆਉਣਾ ਯਾਰ, ਕਿੱਦਾਂ ਭੁੱਲ ਜਾਂਦਾ ਕਈ ਵਾਰੀ। ਘਲਾ ਤੇ ਗਗੜਾ ਬਾਈ, ਘਲਾ ਤੇ ਗਗੜਾ ਬੱਲੇ ਤੇਰੇ ਪਤੰਦਰਾ ਸਿਰਾ ਹੀ ਕਰਾਉਣਾ ਜਿੱਧਰੋਂ ਆਉਣਾ। ਘਲ ਕਲਾ ਬਰਸੇ ਗਗੜਾ ਸਰਪੰਚ, ਤੁਸੀਂ ਬੰਦੇ ਦੋ ਤਿੰਨ ਚਾਰ ਜਿੰਨੇ ਵੀ ਨਾਲ ਕਹਿ ਕੇ ਕਮੇਟੀ ਨਾਲ ਲੈ ਕੇ ਇਹਨਾਂ ਦੀ ਸੌਂ ਖਵਾਓ, ਨਹੀਂ ਤਾਂ ਇਹਨਾਂ ਖਿਡਾਰੀਆਂ ਨੇ ਵੇਖ ਲਓ ਬਾਬੇ ਦੀ ਉੱਥੋਂ ਲੈ ਲਓ ਫੋਟੋ ਸੀਟ ਲੈ ਲਓ ਉਹਦੇ ਤੇ ਹੱਥ ਰਖਾਓ ਦੋ ਟੀਮਾਂ ਦਾ। ਬਲਕਾਰ ਸਿੰਘ ਜੀ ਸਰਪੰਚ ਸਾਹਿਬ ਸਾਡੇ ਵਿੱਚ ਮੰਗੇ ਵਾਲੇ ਪੁੱਜੇ ਹੈ, ਉਹਨਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ। ਦੂਸਰੇ ਪਾਸੇ ਵਿਦੇਸ਼ਾਂ ਦੇ ਵਿੱਚ ਸਾਡੇ ਜਗਤਾਰ ਸਿੰਘ ਉਹਨਾਂ ਦੇ ਬੇਟੇ ਜਿਹੜੇ ਵਿਸ਼ੇਸ਼ ਨਿਊਜ਼ੀਲੈਂਡ ਦੇ ਵਿੱਚ ਬੈਠੇ ਕਬੱਡੀ ਦੇ ਮਹਾਂਕੁੰਭ ਨੂੰ ਤੱਕਦੇ ਹੈ, ਵੱਡੇ ਮਾਣ ਦਿੱਤੇ ਪੰਜਾਬੀ ਮਾਂ ਬੋਲਾਂ ਤੋਂ ਖੁਸ਼ ਹੋ ਕੇ, ਇਹਨਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ। ਆ ਵੀ ਨੌਜਵਾਨ ਆਪਾਂ ਮੈਚ ਸ਼ੁਰੂ ਕਰਾਈਏ। ਬੂਟਾ ਸਿੰਘ ਜੀ ਜੇ ਕੋਈ ਸੌਂ ਵਗੈਰਾ ਤੁਸੀਂ ਆਪਣੀ ਜਲਦੀ ਕਰ ਲਓ, ਹੁਣ ਆਪਾਂ ਲੇਟ ਨਹੀਂ ਕਰਨਾ ਕੰਮ ਨੂੰ। ਮਡੀਲਾ ਵਾਲੀ ਭੋਲਾ ਜੀ, ਹਾਂਜੀ ਤੁਸੀਂ ਸੌਂ ਖਵਾਓ ਜੀ ਭੋਲਾ ਜੀ, ਮੇਰੇ ਵੱਲੋਂ ਇੱਧਰ ਮੇਰੇ ਵੱਲੋਂ ਚੱਕਿਆ ਜੇ। ਦੋਨੋਂ ਟੀਮਾਂ ਪੁੱਜ ਗਈਆਂ ਬਾਈ ਜੀ ਪਟਾਕੇ, ਆ ਮੈਚ ਵੀ ਪੂਰੇ ਜ਼ਬਰਦਸਤ ਪੈਣੇ ਹੈ, ਫਾਈਨਲ ਮੈਚ ਵਰਗਾ ਮੈਚ ਲੱਗੂਗਾ, ਤੁਸੀਂ ਦੇਖੋਗੇ ਇਸ ਮੁਕਾਬਲੇ ਨੂੰ। ਇੱਕ ਪਾਸੇ ਬਘੇਲੇ ਵਾਲਾ ਪਿੰਡ ਹੈ, ਪ੍ਰਧਾਨ ਸਾਹਿਬ ਸੌਂ ਪਾਉਣ ਲੱਗੇ ਆ, ਖਿਡਾਰੀ ਵੀਰ ਇਹਨਾਂ ਦੇ ਕੋਲੇ ਆ ਜਾਣ ਨਾਲ, ਮੱਖਣ ਸਿੰਘ ਕਹਿ ਲਓ, ਹੋਰ ਸਰਪੰਚ ਸਾਹਿਬ ਹਰਭਾਨ ਸਿੰਘ, ਹੋਰ ਜੀਤ ਸਿੰਘ, ਚਾਚਾ ਜੀਤ ਸਿੰਘ, ਇਹ ਬਈ ਨੇੜੇ ਜਾਣ ਸਾਰੇ, ਜਿੰਨੀ ਮੋਹਦਵਾਰ ਕਮੇਟੀ ਆ। ਹੈਲੋ, ਆ ਜਿਹੜੇ ਮੁੰਡੇ ਨੇ ਇੱਟਾਂ ਭੰਨੀਆਂ ਸੀ ਵੀਰ ਜੀ, ਉਹ ਚੱਕਰ ਲਾ ਰਿਹਾ, ਤੁਸੀਂ ਮਾਨ ਸਨਮਾਨ ਬਖਸ਼ਣਾ ਸਾਰਿਆਂ ਨੇ, ਸੌਂ ਪੈਣ ਜਾ ਰਹੀ ਹੈ। ਹਾਂਜੀ ਬਾਈ ਜੀ, ਇੱਕ ਉੱਚੇ ਦੌਲਤਪੁਰ ਤੋਂ ਸਾਬਕਾ ਸਰਪੰਚ ਸਰਦਾਰ ਗੁਰਦੀਪ ਸਿੰਘ ਜੀ ਸਰਪੰਚ, ਉਹ ਆਪ ਤਾਂ ਕਿਤੇ ਬਾਹਰ ਗਏ ਹੋਏ ਆ,
ਬੇਅੰਤ ਸਿੰਘ ਆਇਆ ਹੋਇਆ ਬਾਈ ਜੀ, ਮੈਂ ਬੇਅੰਤ ਸਿੰਘ ਨੂੰ ਆਪਦੇ ਵੱਡੇ ਵੀਰ ਨੂੰ ਬੇਨਤੀ ਕਰੂੰਗਾ ਕਿ ਉਹ ਬਾਈ ਗੁਰਦੀਪ ਸਿੰਘ ਸਰਪੰਚ ਦਾ ਮਾਣ ਸਨਮਾਨ ਅਤੇ ਗੁਰਭੇਜ ਸਿੰਘ ਦੀ ਬਾਠ, ਇਹਨਾਂ ਦਾ ਮਾਣ ਸਨਮਾਨ ਸਰਦਾਰ ਬੇਅੰਤ ਸਿੰਘ ਹੈ ਸਟੇਜ ਦੇ ਅੱਗੋਂ ਆਣ ਕੇ ਲੈ ਲਵੇ, ਬਾਅਦ ਵਿੱਚ ਹਨੇਰਾ ਹੋ ਜਾਣਾ। ਬੇਅੰਤ ਸਿੰਘ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ। ਚਲੋ ਜੀ, ਆਪੋ ਆਪਣੀਆਂ ਸਾਈਡਾਂ ਲੈਣੀਆਂ ਦੋਨੋਂ ਟੀਮਾਂ। ਗੁਰਮੇਸ਼ ਸਿੰਘ ਜੀ ਹੁਣ ਮੈਂ ਕਿਹੜਾ ਆਫ ਕਰ ਦੇਣਾ, ਤੁਸੀਂ ਇਧਰਲੇ ਪਾਸੇ ਗੁਰਦੇਵ ਸਿੰਘ ਜੀ, ਗੁਰਮੀਤ ਸਰਪੰਚ ਉਹ ਨਹੀਂ ਪਹੁੰਚਿਆ ਇੱਥੇ, ਰਾਜ ਕੁਮਾਰ ਸ਼ਰਮਾ ਜੀ ਮੈਂਬਰ ਸਾਹਿਬ ਨੂੰ ਬੇਨਤੀ ਹੈ। ਠੀਕ ਹੈ ਜੀ, ਪਲੀਜ਼ ਥੋੜਾ ਜਿਹਾ ਆਪਾਂ ਰੱਖਣਾ ਇਸ ਵਾਰ ਤਾਲਮੇਲ। ਬਹੁਤ ਵਧੀਆ ਮੈਚ ਜਿਹੜਾ ਤੁਹਾਡੇ ਰੂਬਰੂ ਕੀਤਾ ਜਾ ਰਿਹਾ ਹੈ। ਲਓ ਜੀ, ਮਾਨੂ ਕੇ ਗਿੱਲ ਪਿੰਡ ਦੀ ਟੀਮ ਆ ਜਿਹੜੀ ਪਿੰਡ ਵਾਲੇ ਪਾਸੇ ਆ ਗਈ ਹੈ। ਮਾਨੂ ਕੇ ਗਿੱਲ ਇਹ ਟੀਮ ਆ ਜਿਹੜੀ ਪਿੰਡ ਵਾਲੇ ਪਾਸੇ ਹੈ। ਇੱਕ ਦਵਿੰਦਰ ਪੰਡੋਰੀ, ਜੇ ਦਵਿੰਦਰ ਪੰਡੋਰੀ ਜਾਂ ਉਹਦਾ ਕੋਈ ਸਕਾ ਸੰਬੰਧੀ ਹੋਵੇ ਉਹ ਵੀ ਲਖਵੀਰ ਸਿੰਘ ਆੜਤੀਆ ਨੂੰ ਸਟੇਜ ਦੇ ਮੂਹਰੇ ਮਿਲ ਲਿਆ ਜੀ। ਦੂਸਰੇ ਪਾਸੇ ਬਘੇਲੇ ਵਾਲੇ ਪਿੰਡ ਦੀ ਟੀਮ ਚੱਲੀ ਗਈ। ਚਲੋ ਬਘੇਲੇ ਵਾਲ ਦੀ ਤਰਫੋਂ ਆਹ ਖਿਡਾਰੀ ਕਬੱਡੀ ਪਾ ਰਿਹਾ, ਮੈਂ ਵੇਖ ਰਿਹਾ ਵੀ ਸਾਹਮਣੇ ਐ ਸਮੇਂ ਚਾਰ ਜਾਫੀ ਪਾਸੇ ਬੂਟਾ ਮਾਨੂ ਕੇ ਗਿੱਲ ਪਿੰਡ ਦਾ ਮਿੱਟੀ ਨਾ ਫਰੋਲ ਜੋਗੀਆ, ਨੰਜੋ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ, ਨਾਰਾ ਪੁਆਇੰਟ ਲੈ ਕੇ ਵਾਪਸ ਮੁੜਿਆ। ਲਓ ਦੀਪ ਖਾਈ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਚਾਰ ਜਾਫੀ ਹੈ, ਇੱਕ ਪਾਸੇ ਆਪਾਂ ਵੇਖ ਰਹੇ ਹਾਂ ਵੀ ਮੁਕਾਬਲਾ ਜਿਹੜਾ ਪੂਰਾ ਸਖਤ ਹੋ ਚੁੱਕਿਆ ਹੈ। ਅੰਕ ਜਿਹੜਾ ਦੀਪ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ, ਔਰ ਇਸ ਖਿਡਾਰੀ ਦੀ ਗੱਲ ਗੁਰਚਰਨ ਸਿੰਘ ਜੀ ਸਵੇਰ ਸਾਹਿਬ ਕਰਨਗੇ। ਲੈ ਵੀ ਬਾਜੇ ਵਾਲਿਆ ਸਾਹਮਣੇ ਗੁਰਵਿੰਦਰ ਸਿੰਘ ਨੌਜਵਾਨ ਨੇ ਕਬੱਡੀ ਪਾ ਦਿੱਤੀ ਹੈ ਬਾਈ ਗੁਰਚਰਨ। ਗਗੜਾ ਤੇ ਘੱਲ ਵੀ ਵਾਜਦੇ ਨੀ ਵੀਰ ਮੇਰਾ। ਠੀਕ ਹੈ ਭਾਜੀ, ਗਗੜਾ ਤੇ ਘੱਲ ਕਲਾਂ ਵਾਲੇ ਸੈਕੰਡ ਸੈਮੀ ਫਾਈਨਲ ਖੇਡਣ ਦੇ ਲਈ ਖੇਡ ਮੈਦਾਨ ਦੇ ਵਿੱਚ ਆ ਜਾਣ। ਇੱਕ ਪਾਸੇ ਸੁਖਚੈਨ ਸਿੰਘ ਚੈਨਾ ਮਾਨੂ ਕੇ ਪਿੰਡ ਦਾ ਨਹੀਂ ਡੱਕ ਸਕਿਆ ਇਸ ਨੌਜਵਾਨ ਨੂੰ। ਲਓ ਸਾਹਮਣੇ ਮਨਪ੍ਰੀਤ ਸਿੰਘ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਖੇਡ ਕਬੱਡੀ ਲਈ ਜੋ ਮਿਹਨਤਾਂ ਦੇ ਕਰਦੇ ਖੁਸ਼ੀਆਂ ਦੇ ਨਾਲ ਦਾਤਾ ਘਰ ਇਹਨਾਂ ਦੇ ਤੂੰ ਭਰਦੇ ਕਰ ਦਿਲ ਦੇ ਅਨਮਾਨ ਪੂਰੇ ਸਰਪੰਚ ਤਜਿੰਦਰ ਸਿੰਘ ਸੇਫੀ ਕਾਨ ਸਿੰਘ ਵਾਲਾ ਬਾਈ ਜੀ ਉਹ ਵੀ ਇੱਥੇ ਮੇਰੇ ਅੱਗੇ ਸਟੇਜ ਦੇ ਸਾਹਮਣੇ ਆ ਜਾਣ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ। ਗਾਲ ਸਿੰਘ ਵਾਲਾ ਤੋਂ ਸਰਪੰਚ ਸਰਦਾਰ ਤਜਿੰਦਰ ਸਿੰਘ ਜੀ ਸੇਫੀ ਸਾਡੀ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਜੀ। ਹਾਂਜੀ, ਇਸ ਤੋਂ ਅਗਲੀਆਂ ਟੀਮਾਂ ਵੀ ਦੋਨੋਂ ਤਿਆਰੀ ਫੜ ਲੈਣ। ਗਗੜਾ ਤੇ ਘੱਲ ਕਲਾਂ ਦਾ ਜਿਹੜਾ ਮੈਚ ਖੇਡਿਆ ਜਾਣਾ ਹੈ, ਭਾਗਪੁਰ ਗਗੜਾ ਤੇ ਘੱਲ ਕਲਾਂ ਦੋਨੋਂ ਟੀਮਾਂ ਆਪਣੀ ਤਿਆਰੀ ਫੜ ਗਈਆਂ। ਆਪਾਂ ਫੇਰ ਜੁੜਦੇ ਹਾਂ ਦੀਪ ਦੀ ਕਬੱਡੀ ਦੇ ਨਾਲ। ਲਓ ਇੱਕ ਪਾਸੇ ਦੀਪ, ਇੱਕ ਪਾਸੇ ਇੰਦਗੜੀਆ ਬਗੀਚਾ ਹੈ ਮੇਰੇ ਵੀਰਿਓ, ਅਮਰੂ ਜਨੇਤਪੁਰੇ ਦਾ ਤੇ ਇੰਦਗੜ ਦਾ ਬਗੀਚਾ। ਚੀੜੀਆ ਹੱਟੀ ਦੇ ਜਿਹੜੇ ਜਾਫੀ ਹੈ ਚੋਟੀ ਦੇ ਖਿਡਾਰੀਆਂ ਨੂੰ ਢਾਉਂਦੇ ਹੈ ਅਕੈਡਮੀਆਂ ਦੇ ਮੈਚਾਂ ਦੇ ਵਿੱਚ ਮੇਰੇ ਵੀਰਿਓ। ਔਰ ਵੇਖੋ ਸਾਹਮਣੇ ਅੱਜ ਸਿਰੇ ਦੇ ਖਿਡਾਰੀ ਪੁੱਜੇ ਹੈ, ਔਰ ਇੱਕ ਪਾਸੇ ਗੁਰਵਿੰਦਰ ਸਿੰਘ ਗਿੰਦੀ ਹੈ, ਦੂਸਰੇ ਪਾਸੇ ਬੂਟਾ ਮਾਨੂ ਕੇ ਗਿੱਲ ਪਿੰਡ ਦਾ। ਉੱਠੋ ਬੂਟਿਆ, ਉੱਠੋ ਬੂਟਿਆ, ਦੇਖ ਮੁੰਡਾ ਤੇਰੇ ਪਾਲੇ ਦੀ ਸਰਹੱਦ ਆ ਸਮੇਂ ਪਾਰ ਕਰ ਚੁੱਕੇ ਹੈ। ਸਾਡੇ ਟੂਰਨਾਮੈਂਟ ਕਮੇਟੀ ਨੂੰ ਸਹਿਯੋਗ ਵੀ ਦਿੱਤਾ ਅਤੇ ਇੱਥੇ ਸ਼ਾਨ ਵਧਾਉਣ ਵਾਸਤੇ ਵੀ ਆਏ ਹੈ। ਉਹਨਾਂ ਸਾਰੇ ਸੱਜਣਾਂ ਨੂੰ ਕਮੇਟੀ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਜਾਣਾ। ਜਿਵੇਂ ਕਿ ਹੁਣ ਸਰਦਾਰ ਤਜਿੰਦਰ ਸਿੰਘ ਜੀ ਸਰਪੰਚ, ਕਾਨ ਸਿੰਘ ਵਾਲਾ ਇਹਨਾਂ ਨੂੰ, ਗੁਰਜੰਟ ਸਿੰਘ ਜੀ
ਸਾਬਕਾ ਮੈਂਬਰ ਮੱਖਣ ਸਿੰਘ, ਮੌਜੂਦਾ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਪੀਤਾ ਗਿੱਲ ਨੰਬਰਦਾਰ, ਗੁਰਪ੍ਰੀਤ ਸਿੰਘ ਪੀਤਾ ਗਿੱਲ ਨੰਬਰਦਾਰ, ਭੋਲਾ ਸਿੰਘ, ਗੁਲਜ਼ਾਰ ਸਿੰਘ ਜੀ, ਲਖਵੀਰ ਸਿੰਘ ਆੜਤੀਆ, ਇਹਨਾਂ ਵੱਲੋਂ ਤਜਿੰਦਰ ਸਿੰਘ ਸਰਪੰਚ ਦਾ ਸਨਮਾਨ ਕੀਤਾ ਜਾਣਾ, ਬਾਬਾ ਸੰਤ ਸਿੰਘ ਸਰਦਾਰ ਜਸਵੰਤ ਸਿੰਘ ਜੀ, ਹਰਬੰਸ ਸਿੰਘ ਧਾਲੀਵਾਲ ਸਰਪੰਚ ਸਾਹਿਬ, ਬੂਟਾ ਸਿੰਘ ਪ੍ਰਧਾਨ ਟੂਰਨਾਮੈਂਟ ਪ੍ਰਬੰਧਕ ਕਮੇਟੀ ਬਿਸਕੁਟੀ ਸੂਟ ਵਾਲਾ, ਹਾਂਜੀ ਟੀਮਾਂ ਨੂੰ ਬੇਨਤੀ ਕਰਾਂਗੇ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਘੱਲ ਕਲਾ ਬਰਸੇ ਗਗੜੇ ਦਾ ਸੈਕਿੰਡ ਜਿਹੜਾ ਸੈਮੀ ਫਾਈਨਲ ਮੈਚ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ, ਤਾਂ ਇੱਕ ਪਾਸੇ ਗੁਰਵਿੰਦਰ ਸਿੰਘ ਹੈ, ਦੂਸਰੇ ਪਾਸੇ ਬੂਟਾ ਨਹੀਂ ਟੱਕ ਸਕਿਆ ਖੇਡ ਮੈਦਾਨ ਦੇ ਵਿੱਚ। ਬਿੱਲੇ ਉਹਨਾਂ ਦੀ ਟੀਮ ਖੇਡ ਮੈਦਾਨ ਦੇ ਵਿੱਚ ਆ ਗਈ ਹੈ। ਬੇਨਤੀ ਕਰਾਂਗਾ ਮੰਗਲਵੀਰ ਨੂੰ, ਸੁੱਖ ਘਾਲੀ ਦੀ ਟੀਮ ਹੈ ਤੇ ਉਹਨਾਂ ਮਾਰੇ ਵਾਲੀਆਂ ਮਾਣ ਕਰਦਾ ਇਹਨਾਂ ਖਿਡਾਰੀਆਂ ਦੇ ਉੱਤੇ। ਇੱਕ ਬਾਈ ਜੀ ਜੱਸਾ ਸਿੰਘ ਪਿੰਡ ਸਲੀਨਾ ਤੋਂ, ਹਰਨੇਕ ਸਿੰਘ ਸਰਪੰਚ ਦੇ ਬੇਟੇ ਆਏ ਹੋਏ ਆ, ਇਹਨਾਂ ਨੂੰ ਵੀ, ਅੰਗਰੇਜ਼ ਸਿੰਘ ਸਰਪੰਚ ਇਹਨਾਂ ਨੂੰ ਵੀ, ਬੂਟਾ ਸਿੰਘ, ਇਹਨਾਂ ਸਾਰਿਆਂ ਨੂੰ ਸਨਮਾਨ ਕਰਨਾ ਜੀ ਆਪਾਂ ਅੱਗੋਂ ਲਓ ਵੀਰੇ। ਜੱਸਾ ਸਿੰਘ ਨੂੰ ਮੈਂ ਬੇਨਤੀ ਕਰਦਾ, ਜੱਸਾ ਸਿੰਘ ਪਿੰਡ ਸਲੀਨਾ ਤੋਂ, ਹਰਨੇਕ ਸਿੰਘ ਸਰਪੰਚ ਦੇ ਬੇਟੇ ਆ ਜਿਹੜੇ ਸਟੇਜ ਦੇ ਅੱਗੇ ਆਉਣ ਦੀ। ਠੀਕ ਹੈ ਜੀ, ਗੁਰਦੇਵ ਸਿੰਘ ਜੀ ਫੈਸਲੇ ਬੜੇ ਵਧੀਆ ਹੋ ਰਹੇ ਨੇ ਖੇਡ ਮੈਦਾਨ ਦੇ ਵਿੱਚ, ਸਟੇਜ ਤੇ ਮਾਨ ਸਨਮਾਨ ਕੀਤੇ ਜਾ ਰਹੇ ਹੈ। ਮੈਚ ਦੋਨਾਂ ਟੀਮਾਂ ਦੇ ਵਿੱਚ ਤਕੜਾ ਖੇਡਿਆ ਜਾ ਰਿਹਾ ਹੈ। ਲਓ ਸਾਹਮਣੇ ਦੇਖਾਂਗੇ, ਇੱਕ ਪਾਸੇ ਬੂਟਾ, ਦੂਸਰੇ ਪਾਸੇ ਨਾਰਾ। ਲਓ ਸਾਹਮਣੇ ਮੁੰਡਾ ਲੱਕ ਫੜਾ ਚੁੱਕਿਆ ਕਿ ਘੁੱਟ ਕੇ ਦਾ ਥੜ ਬੁੱਢਿਆ, ਲੱਕ ਪਤਲਾ ਚਰੀ ਦਾ ਟਾਂਡਾ, ਤੂੰ ਘੁੱਟ ਕੇ ਦਾ ਥੜ ਬੁੱਢਿਆ, ਲੱਕ ਪਤਲਾ ਚਰੀ ਦਾ ਡਾਂਡਾ। ਬਾਈ ਜੀ ਗਗੜਾ ਤੇ ਘੱਲ ਵੀ ਆਉਣ, ਘੱਲ ਕਲਾਂ ਦੀ ਟੀਮ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਵੇ। ਇੱਕ ਪਾਸੇ ਸਾਹਮਣੇ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਕਬੱਡੀ ਦੀਪ ਦੀ ਹੈ, ਸੋਹਣੀ ਸੱਚੇ ਪਾਤਸ਼ਾਹ ਮਿਹਰ ਕਰੇ ਇਹਨਾਂ ਪੰਜਾਬ ਦੇ ਗੱਭਰੂਆਂ ਦੇ ਉੱਤੇ ਕਿ ਟੀਵੀ ਅਖਬਾਰਾਂ ਵਿੱਚ ਨਾ ਬੋਲਦਾ, ਇੱਕ ਥਾਂ ਤੇ ਨਹੀਂ ਪੂਰੇ ਥਾਂ ਥਾਂ ਬੋਲਦਾ, ਕਿਹਦਾ ਪੁੱਤ ਕਿਹਦਾ ਪੁੱਤ ਹੋਊ ਯੋਧਿਆ, ਚੰਡਿਆ ਹੈ ਕਿਹੜੇ ਇਹ ਕੋਚ ਮਹਾਨ ਦਾ, ਕਿ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ, ਕਰਦੇ ਨੇ ਨਾਮ ਉੱਚਾ ਖਾਨ ਦਾ, ਕਿ ਕਰਦੇ ਨੇ ਨਾਮ ਉੱਚਾ ਖਾਨ ਦਾ। ਕੱਲਾਂ ਦੀ ਟੀਮ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਵੇ। ਲੈ ਵੀ ਸਾਹਮਣੇ ਬਾਜੇ ਖਾਨ ਵਾਲੇ ਬਸੰਤ ਸਿੰਘ, ਇੱਕ ਪਾਸੇ ਅਮਰੂ ਬਗੀਚਾ ਜਾਫੀ ਕਹਿਰੇ ਜੇ ਸਰੀਰਾਂ ਦੇ, ਕਰਦੇ ਨੇ ਬਾਹਰ ਜਿੱਦਾਂ ਬਾਹਰ ਤਿੱਖੇ ਤੀਰਾਂ ਦੇ, ਅਮਰੂ ਬਗੀਚਾ ਯਾਰੋ ਕਹਿਰੇ ਜੇ ਸਰੀਰਾਂ ਦੇ। ਪਾ ਵੀ ਨੌਜਵਾਨਾਂ ਅਗਲੀ ਕਬੱਡੀ, ਕਾਲੀ ਵਾਲੇ ਵੀਰ ਕਾਲੀ ਪਾ ਦੇ, ਗੱਲ ਬਸੰਤ ਨੇ ਕਰਨੀ ਆ ਆ ਮੁੰਡੇ ਦੀ ਸਾਹਮਣੇ ਖੇਡ ਮੈਦਾਨ ਦੇ ਵਿੱਚ। ਲਾਓ ਸਾਹਮਣੇ, ਆਓ ਸਾਹਮਣੇ, ਕਹਿੰਦੇ ਵੀ ਗੁੱਟ ਫੜ ਕੇ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰਵਿੰਦਰ ਸਿੰਘ ਪੁਆਣ ਲਗੇ ਵਾਪਸ ਗਿਆ ਹੈ, ਔਰ ਦੂਸਰੇ ਪਾਸੇ ਆਪਾਂ ਵੇਖ ਰਹੇ ਹੈ ਵੀ ਦੀਪ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਖਾਈ ਪਿੰਡ ਦਾ। ਜਦ ਰਾਹੀ ਮੇਰੇ ਨੇ ਕਿੱਦਾਂ ਮੰਜ਼ਲ ਹੋਰਾਂ ਦੀ, ਬਸੰਤ ਸਮਝੌਤੇ ਕਰ ਲੈਣੇ, ਇਹ ਫਿਤਰਤ ਕਮਜ਼ੋਰਾਂ ਦੀ, ਇਹ ਫਿਤਰਤ ਕਮਜ਼ੋਰਾਂ ਦੀ। ਲਓ ਦੀਪ ਇਸ ਸਮੇਂ ਬਗੀਚੇ ਇੰਦਗੜੀ ਉੱਤੋਂ ਪੁਆਣ ਲੈ ਕੇ ਵਾਪਸ ਜਾਂਦਾ ਹੋਇਆ, ਔਰ ਦੂਸਰੇ ਪਾਸੇ ਨਾਰਾ ਅਗਲੀ ਕਬੱਡੀ ਬਾਈ ਜੀ ਦੀ ਤਰਫੋਂ ਮੇਰੇ। ਹੈਲੋ, ਤਿਆਰ ਰਹਿਣ। ਲਓ ਜੀ ਸਾਹਮਣੇ ਆਪਾਂ ਵੇਖਾਂਗੇ ਵੀ ਆਹ ਨੌਜਵਾਨ ਬੂਟਾ ਮਾਨੂ ਕੇ ਗਿੱਲ ਵਾਲਾ ਘੋੜਾ ਜਿੱਤਿਆ, ਇਸ ਗਰਾਰੀ ਨੇ ਮਾਰੋ ਤਾੜੀਆਂ, ਤੇ ਜਿਹੜਾ ਤੇਰਾ ਵਰ ਲੱਭਿਆ
ਮੁੰਡਾ ਘੋੜੀਆਂ ਰੱਖਣ ਦਾ ਸ਼ੌਕੀ, ਜਿਹੜਾ ਤੇਰਾ ਵਰ ਲੱਭਿਆ ਮੁੰਡਾ ਘੋੜੀਆਂ ਰੱਖਣ ਦਾ ਸ਼ੌਕੀ। ਘੋੜਾ ਜਿੱਤਿਆ ਇਸ ਖਿਡਾਰੀ ਨੇ, ਔਰ ਦੂਸਰੇ ਪਾਸੇ ਦੀਪ ਖਾਈ ਪਿੰਡ ਦਾ ਅਗਲੀ ਕਬੱਡੀ ਪਾ ਰਿਹਾ, ਉਧਰ ਬਗੀਚਾ ਮੇਰੇ ਵੀਰੀ ਮੁਕਾਬਲਾ ਸਕਦਾ ਹੈ। ਲਓ ਫੜਿਆ ਗਿੱਟਾ ਦਰਸ਼ਕਵੀਰ ਪੱਪਾ ਭਾਰ ਮਾਣੇ ਵੱਲੋਂ ਬਗੀਚੇ ਦੇ ਲਈ 100 ਰੁਪਇਆ ਭੇਜਿਆ ਗਿਆ ਮਾਣੇ ਵੀਰ ਵੱਲੋਂ। ਲੈ ਵੀ ਧਰਮਸਿਆਂ ਦੱਸ ਸੁਣ ਕਿਹੜੀ ਟੀਮ ਦੇ ਕਿੰਨੇ ਪੁਆਇੰਟ ਹੈ। ਦਰਸ਼ਕਾਂ ਨੇ ਤਾੜੀਆਂ ਮਾਰਨੀਆਂ ਮੇਰੇ ਵੀਰੋ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ, ਆਓ ਮੈਚ ਬਹੁਤ ਵਧੀਆ ਖੇਡਿਆ ਗਿਆ। ਮਾਣੂ ਕੇ ਗਿੱਲ 10 ਪੁਆਇੰਟ ਹੈ ਤੇ ਬਘੇਲਾ 10.5 ਤਾੜੀਆਂ ਮਾਰ ਦੋ ਤੇ ਪੁਆਇੰਟ, ਕੋਈ ਖਾਸ ਫਰਕ ਨਹੀਂ। ਮੈਚ ਬਹੁਤ ਤਕੜਾ ਖੇਡਿਆ ਗਿਆ, ਟੀਮ ਫਾਈਨਲ ਦੇ ਵਿੱਚ ਪੁੱਜ ਗਈ ਹੈ। ਹਾਂਜੀ ਬਘੇਲੇ ਵਾਲਾ, ਬਘੇਲੇ ਵਾਲਾ ਜਿੱਤ ਗਿਆ ਬਘੇਲਾ ਬਾਈ ਜੀ, ਫਾਈਨਲ ਦੇ ਵਿੱਚ ਪਹੁੰਚ ਗਿਆ। ਅੱਧੇ ਪੁਆਇੰਟ ਦੇ ਫਰਕ ਨਾਲ ਜਿੱਤਿਆ ਹੈ ਬਘੇਲੇ ਦੀ ਟੀਮ। ਬਹੁਤ ਤਕੜਾ ਟਫ ਮੁਕਾਬਲਾ ਸੀਗਾ। ਔਰ ਇਸ ਤੋਂ ਅਗਲਾ ਜਿਹੜਾ ਮੈਚ ਖੇਡਿਆ ਜਾਣਾ ਹੈ ਭਾਗਪੁਰ ਗਗੜਾ ਤੇ ਦੂਸਰੇ ਪਾਸੇ ਜਿਹੜੀ ਟੀਮ ਖੇਡੇਗੀ ਘੱਲ ਕਲਾਂ ਦੀ ਟੀਮ। ਮੇਰੇ ਵੀਰ ਕੱਲਾ ਵਾਲੇ ਆ ਜਾਣ, ਅੰਬੂ ਵਰਗੇ ਸੁਲਝੇ ਖਿਡਾਰੀ ਬਾਈ, ਲਾਈਟਾਂ ਦਾ ਇੱਥੇ ਪ੍ਰਬੰਧ ਨਹੀਂ ਗਾ ਯਾਰ, ਆ ਰਹੇ ਆਪਾਂ ਟਾਈਮ ਨਾਲ ਦੀ ਸਮਾਪਤੀ ਕਰ ਦੇਣੀ ਹੈ। ਘੱਲ ਕਲਾਂ ਦੀ ਟੀਮ ਆਪਣਾ ਹੱਥ ਚੁੱਕੋ ਜੀ, ਕਿਹੜੇ ਪਾਸੇ ਹੈ ਘੱਲ ਕਲਾਂ ਦੀ ਟੀਮ? ਆ ਜਾਓ ਮੇਰੇ ਵੀਰ ਜਲਦੀ ਦੇ ਨਾਲ, ਕਿਉਂਕਿ ਮੈਚ ਬੜੇ ਰੌਚਕ ਹੈ ਦੋਨੋਂ ਟੀਮਾਂ ਦੇ ਦਰਮਿਆਨ। ਆਹ ਵੀ ਜਿਹੜਾ ਸੈਮੀ ਫਾਈਨਲ ਹੈ ਇਹ ਵੀ ਬਹੁਤ ਤਕੜਾ ਮੈਚ ਰੱਖਦਾ ਜਾਣਾ। ਜਲਦੀ ਘੱਲ ਕਲਾਂ ਦੀ ਟੀਮ, ਮੈਂ ਬੇਨਤੀ ਕਰਾਂਗਾ, ਸਾਡਾ ਵੀਰ ਮੰਗਲ ਹੈ ਉੱਥੇ, ਅੰਬੂ ਨੇ ਕਹਿੰਦੇ ਬੱਲੇ ਬੱਲੇ ਕਰਾਤੀ, ਚਾਹੇ ਮਾਝੇ ਦੀ ਧਰਤੀ ਹੈ ਚਾਹੇ ਦੁਆਬੇ ਦੀ ਧਰਤੀ ਹੈ, ਅੱਜ ਤੇ ਵਾਕਈ ਸਾਰਾ ਪਿੰਡ ਹਰਬੰਸ ਸਿੰਘ ਜੀ ਵਧਾਈ ਦੇ ਪਾਤਰ ਹੈ। ਨਾਲ ਸਰਦਾਰ ਬੂਟਾ ਸਿੰਘ ਜੀ, ਗੁਰਪ੍ਰੀਤ ਸਿੰਘ ਜੀ ਸਟੇਜ ਦੀਆਂ ਜ਼ਿੰਮੇਵਾਰੀਆਂ ਸਾਂਭੀ ਬੈਠੇ ਹੈ। ਆਪਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਾਂਗੇ ਅੱਜ ਦੇ ਇਸ ਕਬੱਡੀ ਦੇ ਮਹਾਕੁੰਭ ਦੇ ਵਿੱਚ। ਘੱਲ ਕਲਾਂ ਦੀ ਟੀਮ ਕਿੱਥੇ ਹੈ ਯਾਰ? ਘੱਲਾਂ ਵਾਲੇ ਉਹ ਤਫੇਨ ਸਿੰਘ ਜੀ ਬਾਈ ਜੀ, ਘੱਲ ਕਲਾਂ ਦੀ ਟੀਮ ਨੇ ਅਜੇ ਤੱਕ ਬੁੱਝੀ ਮੈਦਾਨ ਦੇ ਵਿੱਚ। ਆਪਾਂ 1 ਮਿੰਟ ਦਾ ਸਮਾਂ ਦਿੰਦੇ ਹਾਂ ਕਿਉਂਕਿ ਲਾਈਟਾਂ ਦਾ ਪ੍ਰਬੰਧ ਨਹੀਂ ਹੈ, ਆਪਾਂ ਟਾਈਮ ਦੇ ਨਾਲ ਜਿਹੜੇ ਮੈਚ ਕਰਵਾਉਣੇ ਹੈ। ਸੋ ਘੱਲ ਕਲਾਂ ਦੀ ਟੀਮ ਨੂੰ ਆਪਾਂ 1 ਮਿੰਟ ਦਾ ਸਮਾਂ ਦਿੰਦੇ ਹਾਂ, ਨਹੀਂ ਅਸੀਂ ਫਿਰ ਕੌਡੀਆਂ ਜਿਹੜੀਆਂ ਗਿਣ ਕੇ ਹੀ ਦੇਵਾਂਗੇ। ਪ੍ਰਬੰਧਕ ਆਖ ਰਹੇ ਹੈ ਸਰਦਾਰ ਬੂਟਾ ਸਿੰਘ ਜੀ, ਪ੍ਰਧਾਨ ਸਾਹਿਬ ਮੈਦਾਨ ਦੇ ਵਿੱਚ, ਸਰਦਾਰ ਹਰਚੰਦ ਸਿੰਘ ਜੀ ਔਰ ਉਹਨਾਂ ਦੇ ਨਾਲ ਧਰਮ ਸਿੰਘ ਜੀ ਸਕੋਰਿੰਗ ਦੀ ਸੇਵਾ ਕਰ ਰਹੇ, ਆਪਾਂ ਧੰਨਵਾਦ ਕਰਦੇ ਹੈ। ਸੋ ਆਪਾਂ ਘੱਲ ਕਲਾਂ ਦੀ ਟੀਮ ਨੂੰ 1 ਮਿੰਟ ਦੀ ਫੇਰ ਕਾਲ ਕਰਦੇ ਹੈ। ਸੋ ਪਲੀਜ਼ ਜਲਦੀ ਦੇ ਨਾਲ ਘੱਲਾਂ ਦੀ ਟੀਮ ਮੈਦਾਨ ਦੇ ਵਿੱਚ ਪੁੱਜੇ, ਕਿਉਂਕਿ ਇਧਰਲੇ ਪਾਸੇ ਭਾਗਪੁਰ ਗਗੜੇ ਦੀ ਟੀਮ ਜਿਹੜੀ ਵੇਟ ਕਰ ਰਹੀ ਹੈ ਵੀ ਕਿਹੜੇ ਵੇਲੇ ਮੈਚ ਲੱਗੇ, ਫੇਰ ਪਤਾ ਲੱਗੂ ਵੀ ਕਿਹੜੀ ਟੀਮ ਫਾਈਨਲ ਵਿੱਚ ਪੁੱਜੂਗੀ। ਫਿਰ ਬਾਈ ਅੰਬੂ ਵੀਰ ਆ ਜਾਓ, ਘੱਲ ਕਲਾਂ ਦੀ ਟੀਮ ਨੂੰ ਦੇ ਦੇ ਬਾਈ ਆਵਾਜ਼। ਘੱਲ ਕਲਾਂ ਵਾਲੇ ਨੂੰ ਕਾਫੀ ਦੇਰ ਤੋਂ ਸੱਦੇ ਦੇ ਰਹੇ ਸੀ, ਆਉਂਦੇ ਨੇ ਗੁਰਦੇਵ ਸਿੰਘ ਦੀ ਮਾਇਆ ਲੈ ਕੇ ਕਿ ਦੋਨਾਂ ਭਲਵਾਨਾਂ ਦਾ ਬਾਣ ਕਰਨਾ ਹੈ। ਅੰਗਰੇਜ਼ ਜੀ ਸਮਰਾ ਹੋਣੇ ਉੱਥੇ ਗੁਰਦੇਵ ਸਿੰਘ ਦੀ ਵੱਡਾ ਬਾਣ ਕਰ ਰਿਹਾ ਹੈ। ਆਪਾਂ ਧੰਨਵਾਦ ਕਰਾਂਗੇ ਸਰ ਗੁਰਦੇਵ ਸਿੰਘ ਜੀ ਉਹਨਾਂ ਦਾ। ਇਹਨਾਂ ਜੋ ਜੇਤੂ ਕਰਕੇ ਕੱਢ ਦਿਓ ਟਾਈਆਂ ਬਾਈ ਜੀ, ਇਹ ਸੈਮੀ ਫਾਈਨਲ ਮੈਚ ਹੈ ਇਹ ਘੱਲ ਕਲਾਂ ਤੇ ਗਗੜਾ, ਦੋਵੇਂ ਟੀਮਾਂ ਗਗੜਾ ਪਹੁੰਚ ਚੁੱਕਿਆ, ਘੱਲ ਵੀ ਆ ਜਾਣ।
ਮੀਤਿਓੜੀ ਸਾਡੇ ਵੀਰ ਕਲ ਕਲਮ ਵਾਲੇ ਸੱਜਣ ਪੁੱਜੋ ਭਾਈ ਜਲਦੀ ਸੇਮੀ ਬੂਟਾ ਸਿੰਘ ਜੀ ਪ੍ਰਧਾਨ ਜੀ ਬਾਈ ਜੀ ਟਾਈਆਂ ਕੱਢੋ ਜੇਤੂ ਰੱਖ ਕੇ ਕੱਢ ਦਿਓ ਦੋਵਾਂ ਟੀਮਾਂ ਚੋਂ ਜਿਹੜੀ ਜਿੱਤੂਗੀ ਟਾਈ ਕੱਢ ਦਿਓ ਟਾਈਆਂ ਤਾਂ ਪੈ ਗਈਆਂ ਬਸ ਗੁਰਪ੍ਰੀਤ ਜੀ ਆਖਰੀ ਮੈਚ ਫਾਈਨਲ ਸੈਕਿੰਡ ਸੈਮੀਫਾਈਨਲ ਮੈਚ ਹੈ ਜੀ ਇੱਕ ਸੈਮੀਫਾਈਨਲ ਹੋ ਗਿਆ ਇੱਕ ਰਹਿ ਗਿਆ ਉਸ ਤੋਂ ਬਾਅਦ ਫਾਈਨਲ ਹੀ ਹੈ ਮੱਖਣ ਸਿੰਘ ਬਾਈ ਆਪਦੀ ਕਾਰੋਬਾਰੀ ਕਰ ਲੋ ਫਾਈਨਲ ਸੈਮੀਫਾਈਨਲ ਮੈਚ ਹੈ ਗੁਰਜੀਤ ਸਿੰਘ ਜੀ ਬਿਰਕ ਸਾਹਿਬ ਬੇਅੰਤ ਸਿੰਘ ਜੀ ਬਿਰਕ ਸਾਡੇ ਦੌਲਤਪੁਰਾ ਉੱਚਾ ਵਾਲੇ ਬਹੁਤ ਹੀ ਸਤਿਕਾਰਯੋਗ ਸੱਜਣ ਹੈ ਵੱਡਾ ਮਾਣ ਪੰਜਾਬੀ ਮਾਂ ਬੋਲਣ ਤੋਂ ਖੁਸ਼ ਹੋ ਕੇ ਭੇਜਦੇ ਆਪਾਂ ਧੰਨਵਾਦ ਕਰਾਂਗੇ ਸਾਡੇ ਮਿੱਤਰਾਂ ਦਾ ਬੇਅੰਤ ਸਿੰਘ ਜੀ ਸਾਡੇ ਗੁਰਜੀਤ ਭਾਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਆਓ ਜੀ ਇਹਨਾਂ ਨੂੰ ਜੋ ਵੀ ਤੁਸੀਂ ਕਰਨਾ ਜਲਦੀ ਬੂਟਾ ਸਿੰਘ ਜੀ ਕਰ ਲਓ ਜਲਦੀ ਮੈਚ ਸ਼ੁਰੂ ਕਰੋ ਦੋਨੋਂ ਟੀਮਾਂ ਆਈਆਂ ਬਾਈ ਜੀ ਟੂਰਨਾਮੈਂਟ ਕਮੇਟੀ ਦੇ ਟੀਮਾਂ ਦੋਵੇਂ ਨੇੜੇ ਹੋ ਜਾਣ ਕਿਆ ਬਾਤ ਆ ਗੁਰਮੇਲ ਸਿੰਘ ਨੂੰ ਜ਼ਿਆਦਾ ਫਿਕਰ ਹੈ ਵੀ ਕਿਤੇ ਮੈਚ ਰਲ ਕੇ ਨਾ ਲੱਗ ਜੇ ਕਿਉਂਕਿ ਕਬੱਡੀ ਦਾ ਸੱਚਾ ਆਸ਼ਕ ਹੈ ਮੈਂ ਵੇਖਿਆ ਮੈਚ ਦੇਖਦਾ ਇਹ ਸੱਚੀ ਗੱਲ ਹੈ ਜਿਹੜਾ ਬੰਦਾ ਕਬੱਡੀ ਨੂੰ ਲਾਈਕ ਕਰਦਾ ਉਹ ਬੰਦੇ ਨੂੰ ਹੁੰਦਾ ਵੀ ਮੈਚ ਸਾਂਝਾ ਮੈਂ ਇੱਕ ਸ਼ੇਰ ਬੋਲਿਆ ਸੀ ਇਸੇ ਕਰਕੇ ਲਿਖਿਆ ਕਿ ਜਦ ਰਾਹੀ ਮੇਰੇ ਨੇ ਕਿੱਦਾਂ ਮੰਜ਼ਿਲ ਹੋਰ ਆਉਂਦੀ ਜਿਹੜੀ ਟੀਮ ਨੂੰ ਪਤਾ ਹੁੰਦਾ ਵੀ ਮੈਂ ਜਿੱਤ ਹੀ ਜਾਣਾ ਉਹ ਫਿਰ ਪਤਾ ਕਿ ਦੂ ਕੇ ਦੂਜੀ ਲੈਣ ਵੀ ਲਿਖੀ ਹੈ ਕਿ ਜਦ ਰਾਹੀ ਮੇਰੇ ਨੇ ਕਿੱਦਾਂ ਮੰਜ਼ਿਲ ਹੋਰ ਆਉਂਦੀ ਬਸੰਤ ਸਿਆਂ ਸਮਝੌਤੇ ਕਰ ਲੈਣੇ ਇੱਥੇ ਫਿਤਰਤ ਕਮਜ਼ੋਰਾਂ ਦੀ ਜਿਹੜੇ ਬੰਦੇ ਡਰਦੇ ਹੁੰਦੇ ਆ ਉਹ ਸਮਝੌਤੇ ਕਰਦੇ ਆ ਜਿਹਨੂੰ ਪਤਾ ਹੁੰਦਾ ਵੀ ਮੈਂ ਜਿੱਤ ਹੀ ਜਾਣਾ ਉਹ ਸਮਝੌਤਾ ਨਹੀਂ ਕਰਦਾ ਉਹ ਹਾਲਾਤਾਂ ਦੇ ਨਾਲ ਲੜਦਾ ਹੀ ਰਹਿੰਦਾ ਇਹ ਅਸਲ ਸੱਚੀ ਗੱਲ ਹੈ ਬੂਟਾ ਸਿੰਘ ਜੀ ਜਲਦੀ ਕਰੋ ਜੋ ਵੀ ਆਪਣਾ ਘੱਲ ਕਲਾਂ ਦੇ ਕਿੱਥੇ ਨੇ ਖਿਡਾਰੀ ਯਾਰ ਭੱਜ ਕੇ ਆਓ ਗਰਾਊਂਡ ਦੇ ਵਿੱਚ ਘੱਲ ਕਲਾਂ ਵਾਲੇ ਮੰਗਲ ਆਓ ਸੋਹਣਿਆ ਇੱਥੇ ਮੇਰੇ ਪੰਜਾਬ ਦੇ ਸ਼ੌਕੀਨ ਗੱਭਰੂ ਆ ਮੇਰੇ ਪੰਜਾਬ ਦੀ ਜਵਾਨੀ ਹੈ ਜਦੋਂ ਗੁਰਚਰਨ ਸਿੰਘ ਜਦੋਂ ਟੀਮ ਜਿਹੜੀ ਇਹਨਾਂ ਜੋ ਬਸੰਤ ਸਿੰਘ ਜਿੱਤ ਗਈ ਹੈ ਵਿੱਚ ਹੀ ਰੱਖਣੀ ਬਾਈ ਚੰਗਾ ਫਾਈਨਲ ਨਾਲ ਹੀ ਕਰਾ ਦੇਣਾ ਮੇਰੇ ਵੀਰ ਓ ਜਿਉਂਦਾ ਰਹੇ ਜਿਉਂਦਾ ਠੀਕ ਹੈ ਜੀ ਠੀਕ ਹੈ ਸਤਿਵਚਨ ਮਹਾਰਾਜ ਗੇਲਿਆ ਗੇਲਿਆ ਅੱਜ ਤੇ ਮੇਲਾ ਲੁੱਟ ਕੇ ਲੈ ਗਿਆ ਪਤੰਦਰਾ ਦੁਨੀਆਂ ਦੇ ਟੌਪ ਦੇ ਪਲੇਅਰ ਪਹੁੰਚੇ ਤੇ ਮੈਚ ਵੀ ਸੈਨਾ ਵਾਲੇ ਭੇਡ ਹੋਏ ਇਹੋ ਜਿਹੇ ਮੈਚ ਕਿਤੇ ਦੇਖਣ ਨੂੰ ਨਹੀਂ ਮਿਲਦੇ ਬਿਲਕੁਲ ਮੈਚ ਦੋਨੋਂ ਟੀਮਾਂ ਸੈਂਟਰ ਲਾਈਨ ਤੇ ਆਓ ਬਾਜੀ ਜਲਦੀ ਟਾਈਮ ਬੜਾ ਘੱਟ ਹੈ ਮੈਚ ਆਪਾਂ ਵਧੀਆ ਕਰਾਉਣੇ ਆ ਟਾਈਮ ਵੀ ਦੇਣਾ ਹੈ ਸੋ ਪਲੀਜ਼ ਦੋਨੋਂ ਟੀਮਾਂ ਆਪੋ ਆਪਣੀਆਂ ਸਾਈਡਾਂ ਲਓ ਮੇਰੇ ਵੀਰ ਹਾਂ ਜਲਦੀ ਦੇ ਨਾਲ ਔਰ ਸਾਡੇ ਪੰਜਾਬ ਲਾਈਵ .com ਵਾਲੇ ਮਿੱਤਰਾਂ ਦਾ ਬਹੁਤ ਧੰਨਵਾਦ ਹੈ ਗਗਨ ਸਾਡੇ ਵੀਰ ਹੈਪੀ ਹੋਣੀ ਟਾਈਮ ਜੀ ਬਸੰਤ ਜੀ ਮੈਚ ਸ਼ੁਰੂ ਕਰਾਈਏ ਆਪਾਂ ਔਰ ਖੇਡ ਮੈਦਾਨ ਦੇ ਵਿੱਚ ਲਖਵੀਰ ਸਿੰਘ ਜੀ ਆਰਤੀਆ ਸਾਹਿਬ ਫੋਟੋ ਵਾਲੇ ਭਾਈ ਰੱਖਦੇ ਹੱਥਾਂ ਵਿੱਚ ਸਫਾਈ ਜੀ ਦਰਸ਼ਕ ਵੀਰ ਪਾਉਂਦੇ ਰੌਲਾ ਕਿਰਪਾ ਕਰਕੇ ਤੁਰ ਫਿਰ ਕੇ ਮੇਲਾ ਵੇਖੋ ਮੁੜ ਕੇ ਚੀਕਾਂ ਛੱਡਣ ਲੱਗ ਜਾਣਗੇ ਤੇ ਮੇਲਾ ਕੰਟਰੋਲ ਨਹੀਂ ਹੋਣਾ ਬਾਈ ਜੀ ਸੱਜਣ ਕਿਰਪਾ ਕਰਕੇ ਉਹੀ ਰਹਿਣ ਜਿੰਨਾ ਹੀ ਡਿਊਟੀ ਆ ਕਿਰਪਾ ਕਰਕੇ ਦੂਜੇ ਸਾਰੇ ਵੀਰ ਬਾਹਰ ਆ ਜਾਣਾ ਲਓ ਜੀ ਮੈਚ ਸ਼ੁਰੂ ਹੋਣ ਜਾ ਰਿਹਾ ਸੋ ਪਲੀਜ਼ ਆਪਾਂ ਸਾਈਡਾਂ ਦੱਸ ਕੇ ਸਕੋਰ ਵੀਰਾਂ ਨੂੰ ਬਾਹਰ ਜਿੰਨਾਂ ਦੀ ਕੋਈ ਡਿਊਟੀ ਨੀ ਬਾਈ ਜੀ ਬਹਿ ਕੇ ਨਜ਼ਾਰਾ ਲਓ ਕਬੱਡੀ ਦਾ ਸੋ ਪਾਸੇ ਇੱਕ ਸਾਈਡ ਤੇ ਹੋ ਜਾਣ ਜਿੰਨਾਂ ਦੀ ਕੋਈ ਡਿਊਟੀ ਨਹੀਂ ਹੈ
ਪਿੰਡ ਵਾਲੇ ਪਾਸੇ ਜਿਹੜੀ ਟੀਮ ਪੁੱਜ ਚੁੱਕੀ ਹੈ ਇਹ ਭਾਗਪੁਰ ਗਗੜੇ ਦੀ ਟੀਮ ਪੁੱਜ ਗਈ ਹੈ। ਭਾਗਪੁਰ ਗਗੜੇ ਦੀ ਟੀਮ ਪਿੰਡ ਵਾਲੇ ਪਾਸੇ ਹੈ। ਹਰਚੰਦ ਸਿੰਘ ਜੀ ਨੋਟ ਕਰਿਓ ਜੇ ਤੁਹਾਡੀ ਮਿੱਤਰ ਮੰਡਲੀ। ਦੂਸਰੇ ਪਾਸੇ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਚੜ੍ਹਦੇ ਵਾਲੇ ਪਾਸੇ ਇਹ ਟੀਮ ਜਿਹੜੀ ਮੋਗੇ ਦੀ ਸਾਈਡ ਪੁੱਜ ਗਈ ਹੈ। ਇਹ ਘੱਲ ਕਲਾਂ ਦੀ ਟੀਮ ਹੈ ਕਿ ਪੰਜ ਪੜ੍ਹ ਕੇ ਉੱਠ ਕੇ ਮੋਗੇ ਮਾਪਿਆਂ ਜਾਉਂਦਿਆਂ ਤੋਂ ਸੁੱਖ ਭੋਗੇ। ਮੈਂ ਸਟਾਰਟ ਕਰਦੇ ਬਾਈ, ਲੋਕਾਂ ਨੇ ਘਰ ਨੂੰ ਵੀ ਜਾਣਾ ਕਰਦੇ ਭਰਾ। ਬਸ ਜੀ ਮੈਚ ਸ਼ੁਰੂ ਹੋਣ ਜਾ ਰਿਹਾ, ਟੀਮਾਂ ਦੀ ਜਾਣਕਾਰੀ ਦੱਸਦੀ ਹੈ। ਹੁਣ ਪਹਿਲੀ ਰੇਡ ਪੈਣੀ ਸ਼ੁਰੂ ਹੋਣ ਜਾ ਰਹੀ ਹੈ। ਆਹ ਵੀ ਕਿਹੜੇ ਸੱਜਣ ਦੀ ਪਹਿਲੀ ਕਬੱਡੀ ਹੈ, ਆਹ ਵੀ ਸੈਂਟਰ ਲਾਈਨ ਤੇ, ਫਿਰ ਦੇਖੀਏ ਵੀ ਕਿੱਦਾਂ ਦਾ ਨਜ਼ਾਰਾ ਬਣਦਾ ਹੈ। ਹੁਣ ਪਤਾ ਲੱਗੂ ਵੀ ਕਿਹੜੀ ਟੀਮ ਜਿੰਦਾ ਸਿਰਾ ਆਪਣੇ ਸਿਰੇ ਬਣਦੀ ਹੈ। ਇਹ ਤੇ ਸਮੇਂ ਦੀ ਬਾਤ ਹੋਣੀ ਹੈ ਕਿ ਆਪੋ ਆਪਣੇ ਦਾਣੇ ਜਾਫੀਆਂ ਦੇ ਕੋਈ ਭੱਜ ਕੇ ਗਿੱਟੇ ਨੂੰ ਚੁੱਕਦਾ ਏ, ਕੋਈ ਮਾਰ ਕੇ ਕੈਂਚੀ ਹੱਥ ਛੱਡੇ, ਕੋਈ ਮੰਨਿਆ ਫੜਾਕ ਗੁੱਟਦਾ ਏ, ਕੋਈ ਵਧੀਆ ਮੈਚ ਵਿਖਾਇਆ। ਕਿਰਪਾ ਕਰਕੇ ਦਰਸ਼ਕ ਵੀਰ ਜਿਹੜੇ ਗਰਾਊਂਡ ਦੇ ਵਿੱਚ ਵਾਧੂ ਆ, ਇੱਧਰ ਨੂੰ ਆ ਜਾਓ ਬਾਈ ਜੀ, ਜਾਂ ਤੁਰ ਫਿਰ ਕੇ ਮੇਲਾ ਵੇਖ ਲਓ, ਕੋਈ ਗੱਲ ਨੀ। ਇਹ ਪਲੇਅਰ ਹੈ ਜੀ ਦੋਨੋਂ ਟੀਮਾਂ ਦੇ, ਸੁਪਰੀਮ ਵਾਧੂ ਕੋਈ ਵੀ ਸੱਜਣ ਨਹੀਂ ਹੈ ਗਰਾਊਂਡ ਦੇ ਵਿੱਚ, ਸਾਰੇ ਸੱਜਣ ਆਪਣੇ ਫ੍ਰੀ ਹੈ। ਸੋ ਪਹਿਲੀ ਕਬੱਡੀ ਥੋੜਾ ਜਿਹਾ ਗਿਲਵਾ ਸ਼ਿਕਵਾ ਵੀ ਕੁਛ ਲੱਗਿਆ ਵਾ, ਬਸ ਉਹਦੀ ਉਹ ਕਾਰਵਾਈ ਕਰ ਰਿਹਾ। ਪਹਿਲੀ ਰੇਡ ਲੱਖਾ ਹੈ ਮੇਰੇ ਵੀਰਿਓ, ਲਓ ਸਾਹਮਣੇ, ਕੋਈ ਮਾਰ ਕੇ ਕੈਂਚੀ ਹੱਥ ਛੱਡੇ, ਕੋਈ ਮੰਨਿਆ ਫੜਾਕ ਕੁੱਟਦਾ ਏ, ਕੋਈ ਗੁਰੂ ਦੇ ਦੱਸੇ ਹੋਏ ਦਾ ਲਾਉਣਾ, ਕੋਈ ਆਪਣੇ ਦਾ ਨਾਲ ਕੁੱਟਦਾ ਏ, ਕੋਈ ਮਾਰ ਕੇ ਤੌਲ ਪਗਲ ਭਰਦਾ, ਕੋਈ ਪੁੱਠੀ ਪਾ ਕੈਂਚੀ ਡੰਡਾ ਟੁੱਕਦਾ ਏ, ਅੱਜ ਪਤਾ ਲੱਗੂ ਭਦੌੜ ਵਾਲਾ ਕੱਪ ਸੋਹਣੇ ਰੰਗਾ ਕਿਹੜਾ ਚੁੱਕਦਾ ਏ, ਕੱਪ ਸੋਹਣੇ ਰੰਗਾ ਕਿਹੜਾ ਚੁੱਕਦਾ ਏ। ਗੁਰਪ੍ਰੀਤ ਸਿੰਘ ਪਤਾ ਲੱਗੂ ਫਾਈਨਲ ਵਿੱਚ, ਲਓ ਦੌਲੀ ਅੜਕਿਆਂ ਵਾਲਾ ਚਾਰ ਮੋਟਰਸਾਈਕਲ ਜਿੱਤਿਆ ਇਸ ਬਰਾਰੀ ਨੇ। ਲਓ ਇਸ ਸਮੇਂ ਦੌਲੀ ਅੜਕਿਆਂ ਵਾਲਾ ਉਧਰਲੇ ਪਾਸੇ ਆਪਾਂ ਵੇਖਦੇ ਹੈ ਮੁਕਾਬਲਾ ਜਿਹੜਾ ਪੂਰਾ ਸਖਤ ਹੈ। ਇਹ ਤੇ ਮੇਰੇ ਵੀਰੋ ਕਾਕਾ ਇਸ ਸਮੇਂ ਗਗੜੇ ਦਾ, ਜਿਹਨੇ ਜੱਫਾ ਲਾ ਕੇ ਅੰਕ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਉਧਰ ਜੱਸਾ ਕਬੱਡੀ ਪਾ ਰਿਹਾ ਕਿ ਸੁਖਬੀਰ ਦੀ ਚਰਚਾ ਗਲੀ ਗਲੀ ਗੁਲਜ਼ਾਰ ਦਿਲਾਂ ਤੇ ਛਾਉਂਦਾ ਏ, ਦੰਦਾ ਹੇਠਾਂ ਉਂਗਲਾਂ ਆ ਜਾਵਣ ਦੁੱਲਾ ਜਦੋਂ ਵੀ ਰੇਡਾ ਪਾਉਂਦਾ ਏ। ਉਧਰਲੇ ਪਾਸੇ ਮੰਗਲ ਘੱਲਾਂ ਵਾਲਾ ਖੁੱਚ ਪੱਟੀ ਹੈ, ਗਰਾਤੀ ਬੱਲੇ ਬੱਲੇ ਅੰਕ ਦਾ ਮੰਗਲ ਘੱਲਾਂ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਅਗਲੀ ਮੈਚ ਤੇ ਗੱਲ ਗੁਰਚਰਨ ਸੁਨੇਰ ਜੀ। ਸਾਹਮਣੇ ਦਰਸ਼ਕ ਵੀਰ ਪੱਬਾ ਭਾਰ ਹੋ ਗਏ ਨੇ ਬੂਟਾ ਸਿੰਘ ਜੀ ਕੀ, ਬਾਕੀ ਕਬੱਡੀ ਲੱਖ ਲੱਖ ਰੁਪਏ ਦੀ ਪੈਂਦੀ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਪਾਈ ਹੋਈ ਕਬੱਡੀ ਤੇ ਦੂਸਰੇ ਪਾਸੇ ਖਿੱਚ ਕੇ ਰੇੜੇ ਕਰਨਾ, ਮੈਨੂੰ ਹਾਰ ਦਿਆ, ਹੁਣ ਦੇਖਾਂਗੇ ਬੱਲੇ ਬੱਲੇ ਇੱਕ ਪਾਸੇ ਬਿੱਲਾ, ਸਾਹਮਣੇ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਲਾ ਸੋਹਣਾ ਜੱਥਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ। ਔਰ ਕੌਰ ਸਿੰਘ ਜੀ ਮਚਾਕੀ ਵਾਲੇ ਫੈਸਲਾ ਕਰਦੇ ਨੇ, ਆਹੋ ਪੁੱਤਰਾ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਹੀਂ ਰਹਿੰਦੇ ਗੁੱਜੇ।
ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁਝ, ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁਝ, ਵਿੱਚ ਗਹਿਰੇ ਢਲਾਂਦੇ ਕਦੇ ਸ਼ੇਰ ਨਹੀਂ ਰਹਿੰਦੇ ਕੁਝ। ਇੱਕ ਪਾਸੇ ਲੱਖਾ ਧਰਮਪੁਰ ਦੀ ਧਰਤੀ ਦਾ 2011 ਦੇ ਵਿੱਚ ਕਹਿੰਦ ਵੀ ਮੰਝਾਂ ਮਲ ਦੇ ਕਬੱਡੀ ਕੱਪ ਦਾ ਉਤਵ ਧਾਵੀ ਐਲਾਨਿਆ ਗਿਆ ਤੇ ਮੋਟਰਸਾਈਕਲ ਦਾ ਜੇਤੂ ਹੈ, ਦੂਸਰੇ ਪਾਸੇ ਸਾਹਮਣੇ ਫੇਰ ਪੈਂਦੀ ਹੋਈ ਕਬੱਡੀ ਤੇ ਆ ਦੇਖਾਂਗੇ ਬਿੱਲਾ ਕਹਿੰਦੇ ਵੀ ਫੇਰ ਦੂਸਰਾ ਜੱਫਾ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ। ਬੱਲੇ ਬੱਲੇ ਹੋ ਗਈ ਮਿੱਤਰੋ ਖੇਡ ਮੈਦਾਨ ਦੇ ਵਿੱਚ ਲਓ ਜੀ ਮਹਾਰਾ ਤਜਿੰਦਰ ਸਿੰਘ ਜੀ, ਸਾਬੀ ਸਰਪੰਚ ਕਾਨ ਸਿੰਘ ਵਾਲਾ 100 ਰੁਪਇਆ ਘੱਲਾ ਦੀ ਟੀਮ ਦੇ ਲਈ ਮਾਣ ਭੇਜਦੇ ਹੈ। ਗੁਰਸੇਵਕ ਸਿੰਘ ਜੀ ਘੱਲ ਕਲਾਂਦੇ ਜਿੰਨੇ ਭਾਗ ਲੈਂਦੇ ਮੁੰਡੇ ਉਹਨੇ 100 100 100 ਦੇ ਨੋਟ ਦੇਣਗੇ ਬਸੰਤ ਸਿਆ। ਸਰਦਾਰ ਗੁਰਸੇਵਕ ਸਿੰਘ ਜੀ ਇੱਧਰ ਦੇਖੋ, ਭੈਣੀ ਪਿੰਡ ਵਾਲਾ ਫੈਸਲਾ ਕਰਦਾ ਆ ਵੀ ਨੌਜਵਾਨਾਂ ਪਾ ਕਬੱਡੀ ਤੇ ਗੱਲ ਹੁਣ ਬਸੰਤ ਨੇ ਕਰਨੀ ਇਸ ਮੁੰਡੇ ਦੀ। ਲਓ ਲੱਖਾਂ ਸਾਹਮਣੇ ਪੁਆਇੰਟ ਲੈ ਕੇ ਵਾਪਸ ਮੁੜੇ ਹੈ ਔਰ ਦੂਸਰੇ ਪਾਸੇ ਆਪਾਂ ਫੇਰ ਦੇਖਦੇ ਹਾਂ ਵੀ ਘੱਲ ਕਲਾਂ ਦੀ ਤਰਫੋਂ ਚੱਲ ਮਕਾਦਾ ਇਸ ਖਿਡਾਰੀ ਦਾ ਵੱਧ ਕਬੱਡੀ ਪਾ ਦਿੱਤੀ ਹੈ ਕਿ ਕਿੱਦਾਂ ਭੰਗੜਾ ਗਾਉਣਾ ਹੈ। ਜਿੰਦ ਜਾਨ ਪੰਜਾਬੀਆਂ ਦੀ ਇਹ ਜਿੰਦ ਜਾਨ ਹੈ। ਉਧਰ ਕਾਕਾ ਮੇਰੇ ਵੀਰੋ ਭਰਦਾ ਕਲਾਵਾਂ, ਲਓ ਸਾਹਮਣੇ ਕੀ ਫੈਸਲਾ ਹੋਣਾ ਹੈ। ਇਹ ਤੇ ਫੈਸਲੇ ਦੀਆਂ ਬਾਤਾਂ ਹੈ, ਅੰਕ ਜਿਹੜਾ ਜਾਫੀਆਂ ਦੇ ਖਾਤੇ ਜੁੜ ਚੁੱਕਿਆ ਹੈ ਕਿ ਕਿਸੇ ਸੁਪਨਾ ਵੀ ਨਾ ਲਿਆ ਹੋਣਾ ਕਬੱਡੀ ਕਰੋੜਾਂ ਦੇ ਵਿੱਚ ਪ੍ਰਵੇਸ਼ ਕਰਜੂ। ਸਾਲਾਂ ਬੱਧੀ ਹੋਣਗੇ ਵਰਲਡ ਕੱਪ ਦੇ ਸ਼ਿਰਕਤ ਕੱਪਾਂ ਦੇ ਵਿੱਚ ਦੇਸ਼ ਦੇਸ਼ ਕਰਜੂ। ਇਹਨੂੰ ਖੇਡਣ ਲਈ ਲੋਕ ਵਿਦੇਸ਼ਾਂ ਤੋਂ ਆਉਣਗੇ, ਗੋਰੇ ਮੁੱਖ ਦਾ ਇਹ ਭੇਸ ਬਣਜੂ। ਧਰਮਦਿਆ ਬਾਈ ਜੀ ਮਰਜੀਤ ਲੋਕਾਂ ਦੇ ਦਿਲਾਂ ਵਿੱਚ ਵਸ ਕੇ ਖੇਡ ਕਬੱਡੀ ਜੱਗ ਤੇ ਵਿਸ਼ੇਸ਼ ਬਣਜੂ, ਖੇਡ ਕਬੱਡੀ ਜੱਗ ਤੇ ਵਿਸ਼ੇਸ਼ ਬਣਜੂ। ਵਿਸ਼ੇਸ਼ ਬਣੀ ਹੋਈ ਔਰ ਸਾਹਮਣੇ ਦੱਸਾਂ ਔਰ ਦੂਸਰੇ ਪਾਸੇ ਘੱਲਾਂ ਵਾਲਾ ਮੰਗਲ ਪੂਰੀ ਕੋਸ਼ਿਸ਼ ਕਰਦਾ ਹੋਇਆ, ਇੱਕ ਪਾਸੇ ਕਹਿੰਦੇ ਵੀ 7 ਤਰੀਕ ਨੂੰ ਇਸ ਖਿਡਾਰੀ ਨੂੰ ਮਾਣ ਸਨਮਾਨ ਦਿੱਤਾ ਗਿਆ ਪਹਿਲੂ ਵਾਲੇ ਦੀ ਧਰਤੀ ਤੇ। ਔਰ ਵੇਖਦੇ ਹੈ ਵੀ ਇਸ ਸਮੇਂ ਮੰਗਲ ਕੱਲਾ ਵਾਲਾ ਮੇਰੇ ਵੀਰੋ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਪਰ ਮੁੰਡਾ ਮੱਛੀ ਵਾਂਗ ਉਤਰ ਗਿਆ। ਜੱਸਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਹਾਂਜੀ ਕਿਹੜੀ ਟੀਮ ਜੇਤੂ ਧਰਮ ਸਿੰਘ ਜੀ ਦੱਸਿਆ ਜੇ, ਤੁਹਾਡਾ ਵੀ ਆਪਾਂ ਧੰਨਵਾਦ ਕਰਾਂਗੇ ਧਰਮ ਸਿੰਘ ਜੀ ਸਾਡੇ ਜੋ ਕੱਲ ਤੋਂ ਲੈ ਕੇ ਮੈਂ ਦੇਖ ਰਿਹਾ ਜੀ ਗਗੜਾ ਸਕੋਰਾਂ ਦੀ ਸੇਵਾ ਕਰ ਰਿਹਾ ਖੇਡ ਮੈਦਾਨ ਦੇ ਵਿੱਚ। ਫਾਈਨਲ ਮੈਚ ਬਾਕੀ ਹੈ, ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਫਾਈਨਲ ਮੈਚ ਵਿੱਚ ਡਾਂਗ ਖੜਕਣੀ ਹੈ, ਸੋ ਤੁਸੀਂ ਫਾਈਨਲ ਮੈਚ ਨੂੰ ਤੱਕ ਕੇ ਜਾਣਾ ਹੈ। 5 ਮਿੰਟ ਦੀ ਰੈਸਟ ਆ ਜੀ ਇਸ, ਉਸ ਤੋਂ ਬਾਅਦ ਆਪਾਂ 5 ਮਿੰਟਾਂ ਦੇ ਨਾਲ ਦੀ ਨਾਲ ਹੀ ਮੈਚ ਸ਼ੁਰੂ ਕਰ ਦੇਣਾ ਦੋਨੋਂ ਟੀਮਾਂ ਦਾ। ਸੋ 5 ਮਿੰਟ ਦਾ ਆਪਾਂ ਸਮਾਂ ਇਹਨਾਂ ਨੂੰ ਦਿੱਤਾ ਹੈ। ਦਰਸ਼ਕ ਵੀਰੋ ਫਾਈਨਲ ਮੈਚ ਜਿਹੜਾ ਠੀਕ 5 ਮਿੰਟ ਦੇ ਬਾਅਦ ਖੇਡਿਆ ਜਾਣਾ ਹੈ, ਆਏ ਹੋਏ ਸਾਥੀ ਬੁਲਾਰਿਆਂ ਦਾ ਰੈਫਰੀ ਸਾਹਿਬਾਨਾਂ ਦਾ ਫਿਰ ਤੋਂ ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ। ਨਾਲ ਸਾਡੇ
ਸਰਦਾਰ ਹਰਦਿਆਲ ਸਿੰਘ ਜੀ ਬਹੁਤ ਪਿਆਰੀਆਂ ਸ਼ਖਸੀਅਤਾਂ ਭੋਲਾ ਗਰੀਸ ਦੇ ਵਿੱਚ ਬੈਠਾ ਉਦੋਂ ਸਾਡੇ ਵੀਰ ਸਾਫੀ ਹੋਣੀ ਕਹਿੰਦੇ ਵੀ ਪੂਰੀ ਦੁਨੀਆਂ ਦੇ ਕਬੱਡੀ ਦੇ ਖੇਡ ਵੇਲੇ ਧੱਕਣ ਦੇ ਲਈ ਅੱਜ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਸਾਰੇ ਸੱਜਣਾਂ ਦਾ ਧੰਨਵਾਦ ਕਰਾਂਗੇ ਸੋ ਜਲਦੀ ਤੋਂ ਜਲਦੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਹਰਸੇਵ ਸਿੰਘ ਜੀ ਮੁਬਾਰਕਬਾਦ ਹੈ ਆਪ ਸਭ ਨੂੰ ਇਸ ਕਬੱਡੀ ਦੇ ਮਹਾਂਕੁੰਭ ਦੀ ਸੋ ਮੈਂ ਬੇਨਤੀ ਕਰ ਰਿਹਾ ਬਈ ਦਰਸ਼ਕ ਵੀਰ ਜਾਣ ਨਾ ਆਪਾਂ ਦਰਸ਼ਕਾਂ ਨੂੰ ਇੱਥੇ ਗਰਾਊਂਡ ਦੇ ਨਾਲ ਹੀ ਜੋੜ ਕੇ ਰੱਖਦੇ ਆ ਧੈਰੇ ਦੇ ਨਾਲ ਸੋ ਪਲੀਜ਼ 5 ਮਿੰਟ ਦਾ ਸਮਾਂ ਜੀ 5 ਮਿੰਟਾਂ ਦੇ ਬਾਅਦ ਆਪਾਂ ਫਾਈਨਲ ਮੈਚ ਦਾ ਸ਼ੁਰੂ ਕਰ ਦੇਣਾ ਹੈ ਸੋ ਦਰਸ਼ਕ ਵੀਰ ਜਾਣਾ ਤੁਸੀਂ ਮੈਦਾਨ ਦੇ ਨਾਲ ਹੀ ਜੁੜ ਕੇ ਰਹਿਣਾ ਹੈ ਕਿਉਂਕਿ ਇੱਕ ਮੈਚ ਜਿਹੜਾ ਬਾਕੀ ਹੈ ਤੇ ਖਿਡਾਰੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਦੋਨੋਂ ਟੀਮਾਂ ਆਪਣੇ ਕੱਪੜੇ ਉਤਾਰ ਕੇ ਜਲਦੀ ਮੈਦਾਨ ਦੇ ਵਿੱਚ ਪੁੱਜਣਗੀਆਂ 28-29 ਦੀਆਂ ਡੇਟਾਂ ਜਿਹੜੀਆਂ ਤਲਵੰਡੀ ਦੇ ਕਬੱਡੀ ਖੇਡ ਮੇਲੇ ਦੀਆਂ ਹੈ ਸੋ ਖਿਡਾਰੀਆਂ ਨੂੰ ਬੇਨਤੀ ਹੈ ਵੀ ਦੋਨੋਂ ਟੀਮਾਂ ਮੈਦਾਨ ਦੇ ਵਿੱਚ ਆ ਜਾਣ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਬੋਲਤਾ ਜੀ ਤਲਵੰਡੀ ਦਾ 28-29 ਦਾ ਤੇ ਸ਼ਕੂਰ ਦੀ ਧਰਤੀ ਤੇ 17 ਤੇ 18 ਤਰੀਕ ਦੀਆਂ ਡੇਟਾਂ ਜੀ 17 ਨੂੰ 75 ਕਿਲੋ ਭਾਰ 3 ਖਿਡਾਰੀ ਬਾਹਰੋਂ ਆਏ ਤੇ 18 ਨੂੰ ਅਕੈਡਮੀਆਂ ਦੇ ਮੈਚ ਖੇਡੇ ਜਾਣਗੇ ਬਾਈ ਜੀ ਕਿਸੇ ਨੇ ਘੱਲ ਘਲਾਣ ਨੂੰ ਟੀਮ ਨੂੰ ਪੈਸੇ ਲਾਂਚ ਕਰਾਏ ਸੀ ਕਿਰਪਾ ਕਰਕੇ ਜਿਸ ਵੀ ਸੱਜਣ ਕੋਲੇ ਘੱਲਾਂ ਦਾ ਨਾਮ ਆ ਉਹ ਘੱਲਾਂ ਵਾਲੇ ਖਿਡਾਰੀਆਂ ਨੂੰ ਬਾਈ ਜੀ ਪਹੁੰਚਦਾ ਕਰੋ ਨਾਲ ਹੀ ਇਸੇ ਤਰ੍ਹਾਂ 17 ਤੇ 18 ਤਰੀਕ ਬੋਲ ਦਿੱਤੀ ਸਾਡੇ ਵੀਰ ਨੇ ਸ਼ਕੂਰ ਦੇ ਕਬੱਡੀ ਦੇ ਮਹਾਂਕੁੰਭ ਦੀ ਹੈ 14 ਤੇ 15 ਤਰੀਕ ਮੇਰੇ ਵੀਰੋ ਲੰਗਿਆਣੇ ਦੀ ਧਰਤੀ ਤੇ ਕਬੱਡੀਆਂ ਪੈਣੀਆਂ 19-20 ਤੇ 21 ਤਰੀਕ ਬੋਈਆਂ ਵਾਲੇ ਦੀ ਧਰਤੀ ਤੇ ਕਬੱਡੀਆਂ ਪੈਣਗੀਆਂ 22 ਤੇ 23 ਤਰੀਕ ਮੇਰੇ ਵੀਰੋ ਢੀਮਾਂ ਵਾਲੇ ਦੀ ਧਰਤੀ ਤੇ ਕਬੱਡੀਆਂ ਪੈਣਗੀਆਂ 26 ਤੇ 27 ਤਰੀਕ ਫੇਰ ਢੀਮਾਂ ਵਾਲੇ ਦੀ ਹੈ 28 ਤੇ 29 ਤਰੀਕ ਤਲਵੰਡੀ ਭਾਈ ਹੈ 29-30 ਤੇ 1 ਅਕਤੂਬਰ ਔਲਖਾਂ ਦੀ ਧਰਤੀ ਤੇ ਕਬੱਡੀ ਦਾ ਮਹਾਂਕੁੰਭ ਹੋਣਾ ਹੈ 2 ਤਰੀਕ ਨੂੰ ਦੇਖਾਂਗੇ ਸੁਲਿਹਾਣੀ ਵਾਲੇ ਸੱਦੇ ਦਿੰਦੇ ਹੈ 4-5 ਤੇ 6 ਤਰੀਕ ਸਬੱਧੀ ਦੇ ਕਬੱਡੀ ਦੇ ਕੱਪ ਦੀ ਹੈ ਉੱਥੇ ਵੀ ਰੌਣਕਾਂ ਲੱਗਣਗੀਆਂ ਕੰਡਿਆਲ ਤੇ 21-22 ਤਰੀਕ ਹੈ ਸੇਬੀ ਨੂੰ ਬੇਨਤੀ ਕੀਤੀ ਜਾਂਦੀ ਵੀ ਗੁਰਜੰਟ ਸਿੰਘ ਪੰਚਾਇਤ ਮੈਂਬਰ ਸਕੂਲ ਵਾਲੇ ਗੇਟ ਤੇ ਡੀਕਦਾ ਸੇਬੀ ਨੂੰ ਪਿੰਡ ਕਾਹਨ ਸਿੰਘ ਵਾਲੇ ਤੋਂ ਗੁਰਜੰਟ ਸਿੰਘ ਪੰਚਾਇਤ ਮੈਂਬਰ ਡੀਕਦਾ ਕਿਰਪਾ ਕਰਕੇ ਉਹਨੂੰ ਸਕੂਲ ਦੇ ਗੇਟ ਮੂਹਰੇ ਆਪਦਾ ਸੰਪਰਕ ਕਰ ਲੈਣ 18 ਤਰੀਕ ਨੂੰ ਖਾਈ ਫੇਮੇ ਕੀ ਕਬੱਡੀ 75 ਕਿਲੋ ਭਾਰ ਦੇ ਮੈਚ ਹੋਣਗੇ ਉਹ ਕਬੱਡੀ ਓਪਨ ਦੇ ਮੈਚ ਹੋਣਗੇ 29-30 ਤੇ 1 ਦਸੰਬਰ ਦੀ ਡੇਟ ਡੇਰਾ ਸ਼੍ਰੀ ਰਾਮ ਟੱਲਾ ਮਲੂਕੇ ਦੇ ਕਬੱਡੀ ਕੱਪ ਦੀ ਹੈ ਜਿੱਥੇ 1,00,000 ਤੇ 75 ਨਾਮ ਹੈ ਅਕੈਡਮੀਆਂ ਦੇ ਮੈਚ ਹੈ 2 ਮੋਟਰਸਾਈਕਲ ਵੀ ਅਕੈਡਮੀਆਂ ਦਿੱਤੇ ਜਾਣੇ ਹੈ ਤੇ 51 ਤੇ 41 ਪ੍ਰਾਜੀ ਕਬੱਡੀ ਪਿੰਡਵਾਰ ਓਪਨ ਦਾ 2 ਮੋਟਰਸਾਈਕਲ ਹੋਣਗੇ ਬੈਸਟ ਰੇਟ ਦੇ ਜਾਫੀ ਦੇ ਲਈ ਇਹ ਡੇਰਾ ਸ਼੍ਰੀ ਰਾਮ ਟੱਲਾ ਮਲੂਕੇ ਦੇ ਖੇਡ ਮੈਦਾਨਾਂ ਦੀ ਗੱਲ ਹੈ 29-30 ਤੇ 1 ਦਸੰਬਰ ਖਿਡਾਰੀ ਵੀਰ ਬਾਈ ਜੀ ਛੇਦੀ ਤੋਂ ਛੇਦੀ ਖੜਾ ਖੇਡ ਮੈਦਾਨ ਫਾਈਨਲ ਦੀਆਂ ਟੀਮਾਂ ਜੀ ਦੋਨੋਂ ਮੈਦਾਨ ਦੇ ਵਿੱਚ ਪੁੱਜਣਗੀਆਂ ਫਾਈਨਲ ਦੀਆਂ ਟੀਮਾਂ ਠੀਕ ਹੈ ਜੀ ਹਾਂਜੀ ਅੱਛਾ ਹਾਂਜੀ ਅੱਛਾ ਰਾਣਾ ਸਿੰਘ ਜੀ ਮਲੂਕੇ ਵਾਲੇ ਕਰਮੂ ਦੇ ਲਈ ਕਾਫੀ ਮਾਣ ਸਨਮਾਨ ਭੇਜਦੇ ਆਪਾਂ ਬਹੁਤ ਧੰਨਵਾਦ ਹੈ ਬਈ ਸਟੇਜ ਤੇ ਆ ਜਿਹੜਾ ਪੈਸਾ ਆ ਫਿਰ ਆ ਸਾਡੇ ਕੋਲ ਮੇਰੇ ਕੋਲ ਤਾਂ ਕਿਸੇ ਦਿਆ ਹੀ ਨਹੀਂ ਆਪਾਂ ਕਿਸੇ ਦੇ ਪੈਸੇ ਪੂਸਾ ਦੀ ਜ਼ਿੰਮੇਵਾਰੀ ਨਹੀਂ ਲਈ ਕਦੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ ਮੈਂ ਕਿਸੇ ਦੇ ਪੈਸੇ ਨਹੀਂ ਫੜਦਾ ਮੇਰੀ ਆਦਤ ਆ ਜੀ ਇਹ ਸੱਚੀ ਗੱਲ ਦੀ ਓਕੇ ਜੀ ਸਰ ਥੈਂਕਸ ਜੀਤ ਤੇ ਪੀਤਾ ਮੜੀਲਾ ਵਾਲੇ ਸਾਡੇ ਮਿੱਤਰ ਹੈ ਕਰਮਜੀਤ ਸਾਡਾ ਵੀਰ ਕਹਿੰਦੇ ਵੀ ਕੰਮਿਆਂ ਤੋਂ ਮੜੀਲਾ ਦੇ ਵਿੱਚ ਜ਼ਿੰਦਗੀ ਦਾ ਪਰਮ ਮਿੱਤਰ ਹੈ
ਸੋ ਵੀ ਸਾਡੇ ਵੀਰ ਨੈੱਟ ਦੇ ਨਾਲ ਜੁੜੇ ਆਪਾਂ ਬਹੁਤ ਧੰਨਵਾਦ ਹੈ। ਪ੍ਰਗਟ ਸਿੰਘ ਜੀ ਸਰਾਂ ਲੰਬ ਵਾਲੀ ਕੈਨੇਡਾ ਤੋਂ ਵੀ ਜੁੜੇ ਹੋਏ ਹੈ, ਰਾਜਾ ਸਾਡਾ ਵੀਰ ਆਸਟ੍ਰੇਲੀਆ ਵਾਲਾ ਉਹ ਵੀ ਜੁੜੇ ਹੈ, ਪ੍ਰਗਟ ਸਾਡੇ ਵੀਰ ਪਰਵਿੰਦਰ ਗਿੱਲ ਜੀ ਕੈਨੇਡਾ ਵਾਲੇ ਉਹ ਵੀ ਸਾਡੇ ਨਾਲ ਜੁੜੇ ਹੈ, ਆਪਾਂ ਧੰਨਵਾਦ ਕਰਦੇ ਹਾਂ ਸਾਰੇ ਮਿੱਤਰਾਂ ਦਾ। ਔਰ ਨਾਲ ਸਾਡੇ ਵੀਰ ਗਗਨ ਤੇ ਹੈਪੀ, ਨੀਟਾ ਤੇ ਇੰਦਰਜੀਤ ਜਿਹੜੇ ਸਾਡੇ ਪੰਜਾਬ ਲਾਈਵ .com ਵਾਲੇ ਸੱਜਣ ਹੈ, ਰੌਲੀ ਭਾਈ ਤੋਂ ਹੈ, ਸੋ ਆਪਾਂ ਧੰਨਵਾਦ ਕਰਦੇ ਹਾਂ। ਨਾਲ ਦੋਨੋਂ ਟੀਮਾਂ ਨੂੰ ਬੇਨਤੀ ਹੈ ਬਾਈ ਜੀ, ਦਰਸ਼ਕ ਵੀਰ ਜੀ ਕੈਮਰਾ ਹੋ ਗਿਆ, ਬੇਨਤੀ ਕਿਰਪਾ ਕਰਕੇ ਮਾੜਾ ਜਾਇ ਨੂੰ ਆਈ ਯਾਰ। ਹਾਂਜੀ ਹਾਂਜੀ, ਵਾਹ ਜੀ ਕੀ ਬਾਤ ਹੈ ਜੀ, ਓਕੇ ਠੀਕ ਹੈ ਜੀ। ਸੋ ਦੋਨੋਂ ਟੀਮਾਂ ਨੂੰ ਬੇਨਤੀ ਹੈ ਬਾਈ ਜੀ, ਸਮਾਂ ਪੂਰਾ ਹੋ ਚੁੱਕਿਆ, ਸੋ ਦੋਨੋਂ ਟੀਮਾਂ ਮੈਦਾਨ ਦੇ ਵਿੱਚ ਪੁੱਜਣਗੀਆਂ। ਦੋਨੋਂ ਟੀਮਾਂ ਨੂੰ ਬੇਨਤੀ ਹੈ, ਸਾਡਾ ਵੀਰ ਮਾਲੇ ਵਾਲਾ ਬਹੁਤ ਹੀ ਜ਼ਿੰਦਗੀ ਦਾ ਪਿਆਰਾ ਦੋਸਤ ਹੈ, ਜਿਹੜੀ ਜਾਲੀ ਦੀ ਸੇਵਾ ਕਰਦਾ, ਤੇ ਤੁਸੀਂ ਇਹਨਾਂ ਨੂੰ ਮੌਕਾ ਜ਼ਰੂਰ ਦੇਣਾ ਵੀ ਸਾਡੇ ਮਿੱਤਰ ਨੇ। ਸੋ ਪਲੀਜ਼ ਬੇਨਤੀ ਹੈ ਵੀ ਦੋਨੋਂ ਟੀਮਾਂ ਨੂੰ, ਫਾਈਨਲ ਦੀਆਂ ਟੀਮਾਂ ਮੈਦਾਨ ਦੇ ਵਿੱਚ ਪੁੱਜਣਗੀਆਂ, ਇੱਕ ਪਾਸੇ ਗਗੜਾ ਤੇ ਦੂਸਰੇ ਪਾਸੇ ਗੁਰਮੇਲ ਸਿੰਘ, ਕਿਹੜੀ ਟੀਮ ਖੇਡੇਗੀ ਮੈਨੂੰ ਦੱਸਣਾ ਯਾਰ। ਨਾਲ ਵਿਸ਼ੇਸ਼ ਧੰਨਵਾਦ ਕਰਦੇ ਆਪਾਂ ਨੇਤਾ ਸਰਪੰਚ ਜਿਨ੍ਹਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਨਾਲ ਮਿਲ ਕੇ ਨਿਭਾਈ ਹੈ, ਬਹੁਤ ਪਿਆਰੀ ਸ਼ਖਸੀਅਤ ਹੈ, ਪਿੰਡ ਵੱਲੋਂ ਵੀ ਅਸੀਂ ਧੰਨਵਾਦ ਕਰਦੇ ਦੋਹੇ ਟੀਮਾਂ ਨੂੰ। ਬੂਟਾ ਸਿੰਘ ਜੀ ਆਪਾਂ ਬਾਰ ਬਾਰ ਕਾਲ ਕਰ ਰਹੇ ਹਾਂ ਕਿ ਲੈਟਾਂ ਦਾ ਹੁਣ ਪ੍ਰਬੰਧ ਹੈ ਨੀ ਯਾਰ, ਡਗੇਲਾ ਤੇ ਗਗੜਾ ਬਾਈ ਜੀ ਨਹੀਂ ਮੈਚ ਕੱਲ ਨੂੰ ਕਰਾਵਾਂਗੇ ਅਸੀਂ, ਪਲੀਜ਼ 31 ਤੇ 21 ਪ੍ਰਾਈਜ਼ ਦੇ ਮੇਰੇ ਹਿਸਾਬ ਨਾਲ ਗੁਰਮੇਲ ਸਿੰਘ ਹੈ 52,000 ਰੁਪਇਆ ਦੇਣਾ। ਸੋ ਪਲੀਜ਼ ਪ੍ਰਬੰਧਕ ਆਖ ਰਹੇ ਹੈ ਵੀ ਮੈਂ ਜਿਹੜਾ ਇਹ ਜਲਦੀ ਸ਼ੁਰੂ ਕੀਤਾ ਜਾਵੇ, ਸੋ ਦੋਨੋਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਲਦੀ ਦੇ ਨਾਲ ਮੈਦਾਨ ਦੇ ਵਿੱਚ ਸ਼ਿਰਕਤ ਕਰਨ ਦੋਨੋਂ ਟੀਮਾਂ, ਕਿਉਂਕਿ ਸਮਾਂ ਪਹਿਲੇ ਵੇਲੇ ਬੜਾ ਹੋ ਚੁੱਕਿਆ ਹੈ। ਆ ਜਾਓ ਖਿਡਾਰੀ ਵੀਰੋ ਆ ਜਾਓ, ਹਨੇਰਾ ਬਾਈ ਕਰਨ ਚ ਕੋਈ ਫਾਇਦਾ ਨੀਗਾ, ਟਾਈਮ ਨਾਲ ਸੱਟ ਫੇਟ ਕਈ ਵਾਰ ਲੱਗ ਜਾਂਦੀ ਖਿਡਾਰੀਆਂ ਦੇ, ਆਪਾਂ ਟਾਈਮ ਦੇ ਨਾਲ ਸਮਾਪਤੀ ਕਰ ਦਈਏ। ਬਹੁਤ ਧੰਨਵਾਦ ਹੈ, ਬਾਕੀ ਸਹੀ ਗੱਲ ਗੁਰਮੇਲ ਸਿੰਘ ਜੀ, ਇੱਕੋ ਮਿੰਟ ਦਾ ਮੱਖਣ ਸਿੰਘ ਜੀ ਅਸੀਂ ਸਮਾਂ ਦੇ ਦਿੱਤਾ ਹੈ, ਇੱਕ ਮਿੰਟ ਦੇ ਵਿੱਚ ਦੋਹੇ ਟੀਮਾਂ ਪੁੱਜਣ ਗਈਆਂ, ਨਾਲ ਕਰਮ ਸਿੰਘ ਜੀ ਗਿੱਲ ਸਾਹਿਬ ਉਹਨਾਂ ਵੱਲੋਂ ਵੱਡੇ ਮਾਣ ਪੁੱਜੇ ਹੈ, ਧੰਨਵਾਦ ਕਰਾਂਗੇ ਕਰਮ ਸਿੰਘ ਜੀ ਗਿੱਲ ਸਾਹਿਬ, ਇੱਕੋ ਮਿੰਟ ਹੈ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਓ। ਬਲਵੰਤ ਸਿੰਘ ਜੀ ਨੰਬਰਦਾਰ ਸਾਹਿਬ ਹੁਣ ਦੇਖਾਂਗੇ ਵੀ ਫਾਈਨਲ ਮੈਚ ਹੈ, ਬਹੁਤ ਤਕੜਾ ਖੇਡਿਆ ਜਾਣਾ, ਲੈਟਾਂ ਦਾ ਪ੍ਰਬੰਧ ਨਹੀਂ, ਮੱਖਣ ਸਿੰਘ ਜੀ ਕਹਿੰਦੇ ਹੈ ਵੀ ਜਲਦੀ ਆ ਜਾਓ ਮੇਰੇ ਵੀਰੇ, ਇੱਕੋ ਮਿੰਟ ਦਾ ਸਮਾਂ। ਔਰ ਸਾਡੇ ਬਲਵੰਤ ਸਿੰਘ ਜੀ ਨੰਬਰਦਾਰ ਸਾਹਿਬ ਜ਼ਿੰਦਗੀ ਦੇ ਬਹੁਤ ਹੀ ਪਿਆਰੇ ਦੋਸਤ ਹੈ, ਉਹ ਵੀ ਮੈਦਾਨ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ। ਸਰਦਾਰ ਹਰਮਨ ਸਿੰਘ ਜੀ ਧਾਰੀਵਾਲ ਸਾਹਿਬ ਉਹ ਵੀ ਸਾਡੇ ਸਰਪੰਚ ਸਾਹਿਬ, ਕੀ ਬਾਤ ਹੈ, ਬਹੁਤ ਬਹੁਤ ਮੁਬਾਰਕਬਾਦ ਹੈ। ਥੋੜਾ ਜਿਹਾ ਦੁੱਖ ਆਂਤ ਵਾਪਰਿਆ, ਵੈਸੇ ਮਾਂ ਹੁੰਦੀ ਹੈ, ਮਾਂ ਉਹ ਦੁਨੀਆ ਵਾਲਿਓ, ਮਾਂ ਦਾ ਪਿਆਰ ਸਭ ਤੋਂ ਵੱਧ ਹੁੰਦਾ ਹੈ। ਸੋ ਪਲੀਜ਼ ਪ੍ਰਧਾਨ ਸਾਹਿਬ ਬੋਲਾ ਸਿੰਘ ਮੈਚ ਕਰਾ ਦਿਓ ਸਟਾਰਟ ਦਾ ਬੋਲਾ ਸਿੰਘ। ਸੋ ਦੋਨੋਂ ਇੱਕ ਟੀਮ ਆ ਗਈ ਜੀ, ਬਘੇਲੇ ਵਾਲਾ ਮਾਰੋ ਤਾੜੀਆਂ, ਦੂਸਰੀ ਟੀਮ ਨੂੰ ਸੱਦਾ ਦੇਣੇ ਹੈ, ਬਘੇਲੇ ਵਾਲਾ ਪੁੱਜ ਗਈ ਹੈ ਤੇ ਭਾਗਪੁਰ ਗਗੜੇ ਦੀ ਟੀਮ ਜਿਹੜੀ ਮੈਦਾਨ ਦੇ ਵਿੱਚ ਪੁੱਜੇਗੀ ਜਲਦੀ ਦੇ ਨਾਲ, ਇੱਕ ਮਿੰਟ ਦਾ ਸਮਾਂ ਜੀ ਭਾਗਪੁਰ ਦੀ ਗਗੜੇ ਦੀ ਟੀਮ ਨੂੰ। ਸੋ ਇਧਰਲੇ ਪਾਸੇ ਬਘੇਲੇ ਵਾਲੇ ਪਿੰਡ ਦੀ ਟੀਮ ਹੈ ਜਿਹੜੀ ਇਹ ਮੈਦਾਨ ਦੇ ਵਿੱਚ ਐਂਟਰ ਹੋ ਚੁੱਕੀ ਹੈ, ਸੋ ਭਾਗਪੁਰ ਗਗੜੇ ਦੀ ਟੀਮ ਹੈ ਜਿਹੜੀ ਮੈਦਾਨ ਦੇ ਵਿੱਚ ਪੁੱਜੇ ਜਲਦੀ ਦੇ ਨਾਲ, ਆਪਾਂ ਇੱਕ ਮਿੰਟ ਦਾ ਜਿਹੜਾ ਸਮਾਂ ਦਿੰਦੇ ਹਾਂ ਇਸ ਟੀਮ ਨੂੰ, ਜਲਦੀ ਟੀਮ ਪੁੱਜੇਗੀ ਭਾਗਪੁਰ ਗਗੜਾ। ਭਾਵੇਂ ਮੈਚ ਖੇਡਿਆ ਪਰ ਆਪਾਂ 5 ਮਿੰਟ ਦਾ ਸਮਾਂ ਦਿੱਤਾ ਸੀਗਾ, ਹੁਣ 10 ਮਿੰਟ ਹੋ ਗਏ ਐ, ਆ ਗਿਆ ਗਗੜੇ ਵਾਲੇ ਆਪਣੇ, ਲਓ ਜੀ ਮਾਰੋ ਤਾੜੀਆਂ, ਦੋਨੋਂ ਟੀਮਾਂ ਪੁੱਜ ਚੁੱਕੀਆਂ ਨੇ, ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਆ ਪਲੀਜ਼ ਗਰਾਊਂਡ ਕਲੀਅਰ ਕਰ ਦਿਓ ਜੀ, ਅਸੀਂ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਹੈ ਇਹ ਗਰਾਊਂਡ ਕਲੀਅਰ ਕਰ ਦਿਓ। ਦੋਨੋਂ ਟੀਮਾਂ ਮੈਦਾਨ ਦੇ ਵਿੱਚ ਪੁੱਜ ਚੁੱਕੀਆਂ ਨੇ, ਸੋ ਫਾਈਨਲ ਮੈਚ ਦਾ ਸ਼ੁਰੂ ਹੋਣ ਜਾ ਰਿਹਾ ਹੈ।
ਦੋਨੋਂ ਟੀਮਾਂ ਦੇ ਦਰਮਿਆਨ। ਸੋ ਦੋਨੋਂ ਟੀਮਾਂ ਨੂੰ ਆਪਾਂ ਸੱਦਾ ਦੇਣੇ ਹੈ। ਬਲਵੰਤ ਸਿੰਘ ਜੀ, ਨੰਬਰਦਾਰ ਸਾਹਿਬ, ਪੰਜਾਬੀ ਮੈਂ ਬੋਲਾਂ ਤੋਂ ਖੁਸ਼ ਹੋ ਕੇ ਦੋਨਾਂ ਹੀ ਬੁਲਾਰਿਆਂ ਦੇ ਲਈ ਮਾਣ ਭੇਜਦੇ ਆਪਾਂ ਧੰਨਵਾਦ ਕਰਾਂਗੇ। ਦੂਸਰੇ ਪਾਸੇ ਸਿਮਰਨਜੀਤ ਸਿੰਘ ਜੀ ਭੋਲਾ ਸਾਹਿਬ ਸਾਡੇ ਪ੍ਰਧਾਨ ਹੈ, ਹਰਦਿਆਲ ਬਾਈ ਜੀ, ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਅਸੀਂ ਉਹਨਾਂ ਦਾ ਸਨਮਾਨ ਕਰਨਾ ਹੈ ਪ੍ਰਬੰਧਕ ਕਮੇਟੀ ਦੇ ਵੱਲੋਂ। ਸੋ ਪਲੀਜ਼ ਬਾਈ ਹਰਦਿਆਲ ਜੀ ਉਹ ਸਾਡੇ ਸਟੇਜ ਦੇ ਬਿਲਕੁਲ ਸਾਹਮਣੇ ਪੁੱਜ ਜਾਣ। ਬਾਈ ਹਰਦਿਆਲ ਜੀ, ਸਾਡਾ ਵੀਰ ਭੋਲਾ ਗਰੀਸ ਵਾਲਾ ਨਿੱਟ ਦੇ ਨਾਲ ਜੁੜਿਆ, ਮੇਰੀ ਜ਼ਿੰਦਗੀ ਦਾ ਬਹੁਤ ਪਿਆਰਾ ਦੋਸਤ ਹੈ ਔਰ ਆਪਾਂ ਧੰਨਵਾਦ ਕਰਦੇ ਸਾਡੇ ਮਿੱਤਰਾਂ ਦਾ। ਸੋ ਮੈਂ ਸ਼ੁਰੂ ਕਰੋ ਜੀ। ਇੱਕ ਮਿੰਟ ਜੀ, ਸਮਾਂ ਥੋੜਾ ਹੈ। ਸੋ ਜਲਦੀ ਆਪਾਂ ਹਰਬੰਸ ਸਿੰਘ ਜੀ, ਮੱਖਣ ਸਿੰਘ ਜੀ, ਵਾਜਬ ਕਬੱਡੀਆਂ ਦੇ ਕੇ ਮੈਚ ਦੇਖ ਲਈਏ, ਕਿਉਂਕਿ ਮੁੜ ਕੇ ਲਾਈਟਾਂ ਦਾ ਪ੍ਰਬੰਧ ਨਹੀਂ। ਦੋਹੇ ਟੀਮਾਂ ਜਲਦੀ ਸੈਂਟਰ ਲਾਈਨ ਤੇ ਆ ਜਾਣ। ਲਖਬੀਰ ਸਿੰਘ ਜੀ ਆੜਤੀਆ ਸਾਹਿਬ ਸਾਡੇ ਉੱਥੇ, ਹਰਦਿਆਲ ਸਿੰਘ ਜੀ ਕਹਿੰਦੇ ਵੀ ਬਹੁਤ ਪਿਆਰੀਆਂ ਸ਼ਖਸੀਅਤਾਂ ਇਸ ਨਗਰ ਦੀਆਂ, ਬੂਟਾ ਸਿੰਘ ਜੀ ਗਿੱਲ, ਸਰਦਾਰ ਤਰਸੇਵ ਸਿੰਘ ਜੀ, ਗੁਰਪ੍ਰੀਤ ਸਿੰਘ ਜੀ, ਗੋਰਾ ਭਾਜੀ, ਸਾਰਿਆਂ ਦਾ ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ। ਮੈਚ ਜਲਦੀ ਸੰਤੋਖ ਸਿੰਘ ਜੀ ਸ਼ੁਰੂ ਕਰਾ ਦਿਓ, ਬਲਕਰਨ ਸਿੰਘ ਜੀ ਮੈਚ, ਮੱਖਣ ਸਿੰਘ ਜੀ ਟਾਈਮ ਹੈ ਨੀ ਆਪਣੇ ਕੋਲੇ ਮੇਰੇ ਵੀਰ, ਮਾਰੋ ਵਿਸਲ। ਇਕਬਾਲ ਸਿੰਘ ਮੁੜ ਕੇ ਹਨੇਰਾ ਹੋ ਜੂ, ਤੈਨੂੰ ਪਤਾ ਮੁੜ ਕੇ ਖਿਡਾਰੀ ਕਿਵੇਂ ਕਰਦੇ ਹੁੰਦੇ ਆ। ਇੱਕ ਪਾਸੇ ਪੰਜਾਬ ਲਾਈਵ.com ਵਾਲਿਆਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ, ਔਰ ਦੂਸਰੇ ਪਾਸੇ ਆੜਤੀਆ ਸਾਹਿਬ ਆਉਂਦੇ ਆ, ਕਹਿੰਦੇ ਵੀ ਮਾਇਆ ਦੇਣੀ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਸਾਡੇ ਤੇ, ਆਪਾਂ ਦੇਖਾਂਗੇ ਹੁਣ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਉਣੀ ਹੈ ਹਰੇਕ ਪੁਆਇੰਟ ਤੇ। ਆੜਤੀਆ ਸਾਹਿਬ ਕਹਿੰਦੇ ਆਪਾਂ ਮਾਇਆ ਦੇਣੀ ਹੈ ਹਰੇਕ ਖਿਡਾਰੀ ਨੂੰ। ਲਾ ਇੱਕ ਪਾਸੇ ਦੇਖਾਂਗੇ ਆਪਾਂ, ਇਹ ਦੋਨੇ ਟੀਮਾਂ ਜ਼ਿਲ੍ਹੇ ਮੋਗੇ ਦੀਆਂ ਨੇ। ਗੇਲਿਆ ਮਾਣ ਵਾਲੀ ਗੱਲ ਹੈ ਕਿ ਪਿੰਡ ਵੀ ਸੱਦਾ ਸਿੰਘ ਵਾਲਾ, ਇਹ ਵੀ ਜ਼ਿਲ੍ਹੇ ਮੋਗੇ ਦਾ ਪਿੰਡ ਹੈ, ਤੇ ਜੇਤੂ ਟੀਮਾਂ ਵੀ ਦੋਹੇ ਜਿਹੜੀਆਂ ਫਾਈਨਲ ਦੇ ਵਿੱਚ ਪੁੱਜੀਆਂ, ਇਹ ਵੀ ਮੋਗੇ ਜ਼ਿਲ੍ਹੇ ਦੀਆਂ। ਪਹਿਲੀ ਕਬੱਡੀ ਪੁਆ ਵੀ ਭਲਵਾਨਾ ਕਿਹੜੇ ਪਾਸੇ ਪਾਉਣੀ ਹੈ, ਨਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ। ਗਗੜੇ ਦੀ ਟੀਮ ਚੜ੍ਹਦੇ ਵਾਲੇ ਪਾਸੇ ਹੈ ਤੇ ਲਹਿੰਦੇ ਵਾਲੇ ਪਾਸੇ, ਆਓ ਖੇਡ ਮੈਦਾਨ ਦੇ ਵਿੱਚ ਆਪਾਂ ਮੈਚ ਤੱਕਣ ਜਾ ਰਹੇ ਹਾਂ। ਬਗੇਲੇ ਵਾਲੇ ਪਿੰਡ ਦੀ ਟੀਮ ਜਿਹੜੀ ਚਲੀ ਗਈ ਹੈ ਪਿੰਡ ਵਾਲੇ ਪਾਸੇ ਹੈ, ਔਰ ਪਹਿਲੀ ਕਬੱਡੀ ਇਸ ਸਮੇਂ ਧਰਮ ਕੋਟੀਆ ਲੱਖਾ ਕਿ ਪਾਟ ਉੱਤੇ ਮੋਰ ਭਾਈ ਡੌਲਿਆਂ ਤੇ ਕਾਲੀ ਡੋਰ, ਕੰਧਿਆਂ ਦੇ ਉੱਤੇ ਦੇਖੋ ਖੰਡਾ ਖੰਡ ਵਾਲਿਆ, ਵਿਚਕਾਰ ਦਿਸੇ ਢਾਲ ਸ਼ੇਰ ਦਿਸਦੇ ਨੇ ਦੋਹੀ ਪਾਸੀ, ਇੱਕ ਲੱਖ ਲਾ ਕੇ ਸ਼ੌਕ ਜੱਟ ਨੇ ਪਗਾਲਿਆ, ਗੇਮ ਦਾ ਸ਼ਕੀਨ ਤੇ ਝਲਕ ਲੱਗੇ ਵਿਰਸੇ ਦੀ, ਕੌਡੀ ਦੇ ਇਤਿਹਾਸ ਦੀਆਂ ਪੰਨਿਆਂ ਤੇ ਛਾ ਗਿਆ, ਹੰਡਿਆਂ ਨੂੰ ਟੇਕ ਮੱਥਾ ਪੱਟ ਉੱਤੇ ਮਾਰ ਥਾਪੀ, ਆਓ ਦੇਖ ਬੜਿੰਗ ਗਾਜੀਪੁਰ ਦਾ ਲੱਖਾ ਰੇੜ ਆ ਗਿਆ, ਲੱਖਾ ਪੁਆਣ ਲੈ ਕੇ ਵਾਪਸ ਮੁੜਿਆ, ਔਰ ਦੇਖਦੇ ਆ ਵੀ ਐਸਵੇ ਜੁੰਦਰੀ ਪੁਆਣ ਲੈ ਕੇ ਐਸਵੇ ਬਗੇਲੇ ਵਾਲੀਆ ਵਾਪਸ ਜਾਂਦਾ ਹੋਇਆ, ਔਰ ਜੱਸਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧ ਚੁੱਕਿਆ ਹੈ। ਚਾਰ ਜਾਫੀ ਬਿਲਕੁਲ ਤਿਆਰ ਨੇ, ਚੌਹਾਂ ਦੇ ਵਿੱਚ ਹੋਰ ਦੇਖਾਂਗੇ ਵੀ ਰੂਪਾ ਕੋਸ਼ਿਸ਼ ਕਰਦਾ ਜਾਂ ਫਿਰ ਬਗੀਚਾ ਇੰਦਗੜੀਆ ਕੋਸ਼ਿਸ਼ ਕਰਦਾ ਜਾਂ ਫਿਰ ਸਰਦੂਲ, ਤੇ ਜਾਂ ਫਿਰ ਆਪਾਂ ਦੇਖਾਂਗੇ ਵੀ ਇਹ ਚੌਹਾਂ ਦੇ ਵਿੱਚੋਂ ਕਿਹੜਾ ਟਰਾਈ ਕਰਦਾ। ਇੰਦਗੜੀਆ ਬਗੀਚਾ ਕਹਿੰਦਾ ਮੈਨੂੰ ਛੱਡੋ, ਮੈਂ ਦੋ ਹੱਥ ਕਰਦਾ, ਲਾਓ ਇੱਕ ਪਾਸੇ ਬਗੀਚਾ ਇੰਦਗੜੀਆ, ਔਰ ਦੂਸਰੇ ਪਾਸੇ ਜੱਸਾ ਭੱਜਿਆ ਜਾਂਦਾ ਪੁਆਇੰਟ ਆਪਣੀ ਟੀਮ ਵਾਸਤੇ ਜੋੜ ਚੁੱਕਿਆ। ਚਾਲੋ ਸੋਹਣਿਆ ਪਾਵੀ ਰੇੜ ਨੌਜਵਾਨਾਂ ਹੈ, ਔਰ ਦੇਖਦੇ ਹੈ ਇਸ ਸਮੇਂ ਕਬੱਡੀ ਖਿਡਾਰੀ ਨੇ ਪਾ ਦਿੱਤੀ ਹੈ, ਲਓ ਨਾਰਾ ਬਗੇਲੇ ਵਾਲੀਆਂ ਕਬੱਡੀ।
ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਕਬੱਡੀ ਤੇ ਦੂਸਰੇ ਪਾਸੇ ਬਾਹੋ ਸੋੜਿਆ ਬੱਲੇ ਬੱਲੇ ਹੋ ਚੁੱਕੀ ਹੈ। ਦਰਸ਼ਕ ਵੀਰੋ ਤਾੜੀਆਂ ਮਾਰ ਦਿਓ ਆਹ ਮੁੰਡੇ ਦੇ ਲਈ। ਲਓ ਸਾਹਮਣੇ ਕੱਕ ਹੈ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਲਾਜਫਾ ਆਪਣੀ ਟੀਮ ਦੇ ਲਈ ਗਗੜੇ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੈ। ਦੂਸਰੇ ਪਾਸੇ ਭੋਲੇ ਵੀਰ ਸਾਹਮਣੇ ਭਗੇਲੇ ਵਾਲੇ ਦੇ ਚਾਰ ਜਾਫੀ ਹੈ ਤੇ ਧਰਮਕੋਟ ਦਾ ਲੱਖਾ ਕਹਿੰਦੇ ਵੀ ਗੱਡੀਆਂ ਦਾ ਜੇਤੂ ਖਰਾਰੀ ਹੈ ਕੈਨੇਡਾ ਵੀ ਖੇਡਿਆ ਬੂਟਾ ਸਿਆ ਆਹ ਮੁੰਡਾ ਸਾਹਮਣੇ ਦੇਖ ਇੱਕ ਪਾਸੇ ਕਹਿੰਦੇ ਵੀ 1995 ਦੇ ਵਿੱਚ ਸੇਮੀ ਬਾਈ ਜੀ ਪਹਿਲਾ ਮੋਟਰਸਾਈਕਲ ਜਿਹੜਾ ਤਰਸੇਮ ਦੇ ਬਗੀਚੇ ਨੂੰ ਦਿੱਤਾ ਗਿਆ। ਹੈਲੋ ਇਹਨਾਂ ਅਗੇ ਸਪਰ ਕਰ ਤਰਸੇਮ ਹਰਦਿਆਲ ਸਿੰਘ ਜੀ ਹਰਦਿਆਲ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਆ ਕੇ ਸਨਮਾਨ ਚਿੰਨ ਲੈ ਜੇ ਸਟੇਜ ਤੋਂ ਸਾਡੇ ਵੀਰ ਭੋਲਾ ਸਿੰਘ ਜੀ ਉਹਨੇ ਉਹਨਾਂ ਦੀ ਸਾਰੀ ਮਿੱਤਰ ਮੰਡਲੀ ਯਾਦ ਕਰਦੀ ਹੈ। ਲਓ ਸਾਹਮਣੇ ਗਿਦਰੀ ਇਸ ਸਮੇਂ ਕਬੱਡੀ ਪਾ ਰਿਹਾ ਕਿ ਜੀਦਾ ਖਾਈਏ ਉੱਤੇ ਗੁਣ ਗਾਈਏ ਉਹਦਾ ਪੱਲਾ ਨਹੀਂ ਛੱਡੀਦਾ ਬਸੰਤ ਦੇ ਨਹੀਂ ਦੇ ਸਕਦਾ ਯਾਰੋ ਮਾਂ ਖੇਡ ਕਬੱਡੀ ਦਾ ਇੱਕ ਪਾਸੇ ਕਾਕਾ ਮੇਰੇ ਵੀਰਿਓ ਝਗੜੇ ਪਿੰਡ ਦਾ ਜਫਾ ਨਹੀਂ ਲਾ ਸਕਦਾ ਔਰ ਅੰਕ ਜਿਹੜਾ ਧਾਵੀ ਦੇ ਹਿੱਸੇ ਹੈ ਔਰ ਲਖਵੀਰ ਸਿੰਘ ਜੀ ਬਾਈ ਜੀ ਤਰਥੇਮ ਮੁਬਾਰਕਾਂ ਦਿੰਦੇ ਅਸੀਂ ਇੱਧਰ ਆ ਜਾ ਤਰਥੇਮ ਸਿੰਘ ਬਾਹਰਲੇ ਪਾਸੇ ਆ ਜਾਓ ਮੇਰੇ ਵੀਰ ਕਿਉਂਕਿ ਫਾਈਨਲ ਮੈਚ ਹੈ। ਲਖਵੀਰ ਸਿੰਘ ਜੀ ਕਿਹੜੇ ਕਿਹੜੇ ਖਿਡਾਰੀਆਂ ਤੇ ਆਪਾਂ ਮਾਣ ਕਰਾਂਗੇ। ਲਓ ਸਾਹਮਣੇ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਕੌਰ ਸਿੰਘ ਬਚਾਕੀ ਪਿੰਡ ਵਾਲਾ ਇੱਕ ਪਾਸੇ ਫੈਸਲੇ ਕਰ ਰਿਹਾ ਹੈ। ਲਓ ਸਾਹਮਣੇ ਦੇਖਾਂਗੇ ਹੁਣ ਅਗਲੀ ਕਬੱਡੀ ਬਿੱਲਿਆ ਤਕੜਾ ਹੋ ਜਾਂ ਫਿਰ ਕਾਕੇ ਨੂੰ ਕਹਿ ਦੇ। ਲਓ ਸਾਹਮਣੇ ਗੁਰਵਿੰਦਰ ਸਿੰਘ ਭਗੇਲੇ ਵਾਲੇ ਦਾ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਔਰ ਸ਼ਾਮ ਦੇ ਸੁਨਹਿਰੀ ਪਲਾਂ ਤੋਂ ਕੁਝ ਹਨੇਰਾ ਹੋ ਚੁੱਕਿਆ ਔਰ ਫਾਈਨਲ ਮੈਚ ਹੁਣ ਦੇਖਾਂਗੇ ਖੇਡ ਮੈਦਾਨ ਵਿੱਚ ਮੈਂਟਰੀ ਦਾ ਜੋ ਕਬੱਡੀ ਹੈ ਮੈਚ ਬਹੁਤ ਤਕੜਾ। ਹਾਂਜੀ ਹੈਲੋ ਹਾਂਜੀ ਉਹ ਖਜ਼ਾਨ ਜੀ ਸਟੇਜ ਤੇ ਆਏ ਬਈ ਖਜ਼ਾਨਾ ਮੰਤਰੀ ਤਰਸੇਮ ਸਿੰਘ ਜੀ ਉਹ ਤਰਸੇਮ ਸਿੰਘ ਹੁਣ ਭਾਈ ਸਟੇਜ ਦੇ ਨੇੜੇ ਆ ਜਾ ਤੇਰੀ ਲੋੜ ਹੈ ਖਜ਼ਾਨ ਜੀ ਸਟੇਜ ਤੇ ਆਏ ਬਈ ਛੇਤੀ ਤੋਂ ਛੇਤੀ। ਲਓ ਸਾਹਮਣੇ ਆਪਾਂ ਫੇਰ ਕਬੱਡੀ ਦੇ ਨਾਲ ਜੁੜਦੇ ਆ ਲਖਵੀਰ ਸਿੰਘ ਜੀ ਮੁਬਾਰਕਬਾਦ ਆ ਤੁਹਾਨੂੰ ਆ ਲੱਖਾ ਧਰਮ ਕੋਟੀਆ ਸਿਰੇ ਦਾ ਖਿਡਾਰੀ ਹੈ ਜਿਹੜਾ ਐਸ਼ਮੇ ਕਬੱਡੀ ਪਾਉਂਦਾ ਕਿ ਪੈਣ ਘੁੱਗੀਆਂ ਚਰਵਾਣੇ ਪੱਟਾਂ ਤੇ ਬਹੁਤੇ ਖੇਡਦੇ ਕਬੱਡੀ ਪੁੱਤ ਜੱਟਾਂ ਦੇ ਭੱਜਦੇ ਆ ਵਾਂਗ ਰੇਲ ਦੇ। ਲਓ ਭੱਜਦੇ ਆ ਵਾਂਗ ਰੇਲ ਖਜ਼ਾਨਚੀ ਜੀ ਤਰਸੇਮ ਸਿੰਘ ਜੀ ਉਧਰ ਨਾਰਾ ਲਓ ਸਾਹਮਣੇ ਨਾਰੇ ਨੇ ਕਬੱਡੀ ਪਾਈ ਹੈ ਤੇ ਕੀ ਫੈਸਲੇ ਹੈ ਜਗਦੀਪ ਰਾੜ ਹਰੀਕੇ ਕਲਾਮ ਵਾਲੇ ਪ੍ਰੋਫੈਸਰ ਵੀ ਹੈ। ਲਓ ਜਿੱਥੇ ਗੱਲ ਸਿੱਖਿਆ ਦੀ ਹੈ ਉੱਥੇ ਗੱਲ ਕਬੱਡੀ ਦੀ ਹੈ ਅੰਕ ਜਿਹੜਾ ਧਾਬੀ ਦੇ ਹਿੱਸੇ ਹੈ ਅੰਕ ਨਾਰੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਗੁਰਚਰਨ ਸਿੰਘ ਆ ਖਿਡਾਰੀ ਦਾ ਨਾਮ ਸੁੱਖ ਹੈ। ਲਓ ਸੁੱਖ ਇੱਕ ਹਰਦਿਆਲੇ ਦਾ ਬੜਾ ਮਸ਼ਹੂਰ ਹੈ ਦੋ ਭਰਾਵਾਂ ਦੀ ਗੱਲ ਹੈ ਔਰ ਵੇਖੋ ਸਾਹਮਣੇ ਸੁੱਖ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਵੇਖਾਂਗੇ ਵੀ ਭਗੇਲੇ ਵਾਲੇ ਪਿੰਡ ਦੇ ਚਾਰ ਜਾਫੀ ਨੇ ਇੱਕ ਪਾਸੇ ਰੂਪਾ ਲਓ ਇੰਦਗੜੀਆ ਬਗੀਚਾ ਤੇ ਸੁੱਖ ਪੱਟੀ ਕੁੱਝ ਪੈ ਗਈ ਕੱਚੀ ਉੱਡੀ ਧੂੜ ਮੁਕਾਬਲਾ ਸਖਤ ਮੇਰੇ ਵੀਰਿਓ ਦੋਨੋਂ ਖਿਡਾਰੀਆਂ ਦੇ ਦਰਮਿਆਨ ਕੇ ਛਾਤੀ ਤੇ ਬਹਿ ਗਿਆ ਵਾਹ ਆਏ ਚੜਦਾ ਨਿੰਮ ਤੇ ਕਰੇਲਾ ਮੇਰੇ ਵੀਰਿਓ ਇਹ ਹੈ ਭੋਲਾ ਸਿੰਘ ਸੁਪਰ ਸਟਾਰ ਜਾਫੀ ਬਗੀਚਾ ਇੰਦਗੜੀਆ ਉਧਰਲੇ ਪਾਸੇ
ਕਿਤਰੀ ਜਾਨ ਜੀ ਬਈ ਬਗੀਚਾ ਸਟਾਰ ਖਜ਼ਾਨਾ ਕਿਸ ਦੀ ਬਗੀਚਾ ਸਟਾਰ ਪੂਰਾ ਹੋ ਠੀਕ ਆ ਕਿੱਥੇ ਆ ਖਜ਼ਾਨ ਜੀ ਸਾਡਾ ਹੁਣ ਲਾਗੇ ਆ ਜਾਵੇ ਤਰਸੇਮ ਸਿਆ ਸਾਰਾ ਦਿਨ ਭਾਵੇਂ ਤੂੰ ਜਿੱਥੇ ਮਰਜ਼ੀ ਫਿਰਦਾ ਰਿਹਾ ਪਰ ਹੁਣ ਤੇਰੀ ਲੋੜ ਆ ਇੱਕ ਪਾਸੇ ਮੁੰਡੇ ਨੇ ਮਾਰਿਆ ਖਜ਼ਾਨ ਦੇ ਖਜ਼ਾਨ ਜੀ ਧਾਵੀ ਦੇ ਹਿੱਸੇ ਦੇ ਵਿੱਚ ਹੈ ਪਾ ਵੀ ਲੱਖਿਆ ਅਗਲੀ ਕਬੱਡੀ ਕੀ ਤਕੜੇ ਤਕੜੇ ਜਾਫੀਆਂ ਤੋਂ ਆਉਂਦਾ ਬਈ ਲੋੜ ਆ ਆਓ ਸਾਹਮਣੇ ਦੇਖੀਏ ਨਾਮ ਇਹਦਾ ਲੱਖਾ ਤੇ ਪਿੰਡ ਧਰਮ ਕੋਟ ਕਿ ਤਕੜੇ ਤਕੜੇ ਜਾਫੀਆਂ ਆਉਂਦਾ ਨੀ ਉਹ ਲੋਟ ਸਾਹਮਣੇ ਪਾਈ ਹੋਈ ਕਬੱਡੀ ਤੇ ਦੂਸਰੇ ਪਾਸੇ ਦੇਖਾਂਗੇ ਕਿ ਦੋ ਜਾਣਿਆਂ ਵਿੱਚ ਮਾੜਾ ਹੁੰਦਾ ਫਨ ਅੜਿਆ ਤੀਜੇ ਦਾ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਬਾਈ ਕਿਵੇਂ ਆ ਜੀ ਜੇ ਤੇ ਕੋਈ ਰਹਿੰਦਾ ਤਾਂ ਠੀਕ ਆ ਨਹੀਂ ਤੇ ਬਸ ਕੋਈ ਗੱਲ ਨੀ ਕੋਈ ਗੱਲ ਨੀ ਕੋਈ ਗੱਲ ਨੀ ਗੁਰਚਰਨ ਸਿੰਘ ਤੂੰ ਹੀ ਫੈਸਲਾ ਕਰਨਾ ਬਾਈ ਇਹਨਾਂ ਨੂੰ ਕੋਈ ਨੀ ਗੁਰਵੀਰ ਸਿੰਘ ਐਡੀ ਕਿਹੜੀ ਗੱਲ ਆ ਹਰ ਮਸਲੇ ਦਾ ਹੱਲ ਆ ਵੀਰ ਕੋਈ ਗੱਲ ਨੀ ਠੀਕ ਆ ਜੀ ਮੈਂ ਸਮਾਪਤ ਹੋ ਗਿਆ ਜੀ ਬਸ ਠੀਕ ਆ ਜੀ ਬਸ ਜੀ ਮੈਚ ਹੀ ਸਮਾਪਤ ਹੋ ਗਿਆ ਠੀਕ ਆ ਜੀ ਹਾਂਜੀ ਧਰਮ ਸਿੰਘ ਜੀ ਤੁਸੀਂ ਦੱਸਣਾ ਕਿਹੜੀ ਟੀਮ ਫਸਟ ਆ ਕਿਹੜੀ ਸੈਕੰਡ ਆ ਤਰਸੇਮ ਸਿੰਘ ਜੀ ਖਜ਼ਾਨਚੀ ਸਟੇਜ ਤੇ ਆ ਜਾਣ ਲਓ ਦਰਸ਼ਕ ਵੀਰੋ ਅੱਜ ਦੇ ਇਸ ਕਬੱਡੀ ਦੇ ਮਹਾਕੁੰਭ ਦੇ ਵਿੱਚ ਗਗੜੇ ਦੀ ਟੀਮ ਦੇ ਲਈ ਸਭ ਤੋਂ ਪਹਿਲਾਂ ਤਾੜੀਆਂ ਮਾਰਦੇ ਫਸਟ ਹੈ ਔਰ ਦੂਸਰੇ ਨੰਬਰ ਤੇ ਟੀਮ ਕਹਿੰਦੇ ਵੀ ਬਘੇਲੇ ਵਾਲੇ ਦੀਆਂ ਲਖਵੀਰ ਸਿੰਘ ਜੀ ਤਾੜੀਆਂ ਉਹਦੇ ਲਈ ਵੀ ਮਾਰ ਦਿਓ ਕਿਉਂਕਿ ਮੈਚ ਦੋਹਾਂ ਟੀਮਾਂ ਨੇ ਬਹੁਤ ਤਕੜੇ ਖੇਡੇ ਹੈ ਆਪਾਂ ਦੋਨਾਂ ਟੀਮਾਂ ਦੇ ਖਿਡਾਰੀਆਂ ਦਾ ਧੰਨਵਾਦ ਕਰਾਂਗੇ ਇੰਦਗੜ੍ਹ ਦੇ ਬਗੀਚੇ ਨੇ ਜਿੱਥੇ ਗਿਆ ਬੱਲੇ ਬੱਲੇ ਕਰਾਈ ਆ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖੇ ਬੂਟਾ ਸਿੰਘ ਜੀ ਸਾਰੇ ਵਾਸਿਕ ਜੀ ਉਹਨਾਂ ਦੀ ਪੂਰੀ ਨਗਰ ਪੰਚਾਇਤ ਨੂੰ ਤੇ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਹੈ ਇਸ ਕਬੱਡੀ ਖੇਡ ਮੇਲੇ ਦੀ ਬਹੁਤ ਬਹੁਤ ਧੰਨਵਾਦ ਹਾਂਜੀ ਸਮੁੱਚੀ ਨਗਰ ਪੰਚਾਇਤ ਵੱਲੋਂ ਔਰ ਸਾਰੇ ਦਰਸ਼ਕ ਵੀਰਾਂ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਹੈ ਸਾਰੇ ਖਿਡਾਰੀਆਂ ਨੂੰ ਸਾਰੀ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਜੀ ਉੱਚੇ ਪਿੰਡ ਦੇ ਸਰਪੰਚ ਸਾਹਿਬ ਨੂੰ ਸੰਤੋਖ ਸਿੰਘ ਜੀ ਬੁਲਾ ਰਹੇ ਹੈ ਸੁਪਲੀਜ ਮਿਲਣ ਲੱਗੇ ਜੀ ਸਾਥੋਂ ਬੋਲਦਾ ਗਲਤੀ ਹੋ ਗਈ ਹੋਵੇ ਤਾਂ ਆਪਣਾ ਛੋਟਾ ਵੀਰ ਜਾਣ ਕੇ ਮਾਫ ਕਰਨਾ ਜਾਉਂਦੇ ਰਹੇ ਫੇਰ ਮਿਲਾਂਗੇ ਜੋ ਸੱਜਣਾ ਸਸੜੀਆਂ ਜੋਹਬਾ ਸਾਹਿਬ ਸੁਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਜੀ ਹੁਣ ਤੁਸੀਂ ਮਾਨ ਸਨਮਾਨ ਕਰਾਉਣੇ ਬਹੁਤ ਪਿਆਰ ਸਤਿਕਾਰਯੋਗ ਵੀਰ ਹੈ ਸਟੇਜ ਤੇ ਗੇਲੇ ਨੇ ਵੀ ਜ਼ਿੰਮੇਵਾਰੀਆਂ ਸਾਂਭੀਆਂ ਗੇਲਿਆ ਹੁਣ ਜਿਹੜਾ ਕੁਝ ਸਮਾਂ ਹੋਰ ਸਾਂਭਲੇ ਪਤਾ ਨੀ ਕਿੱਧਰ ਨੂੰ ਚਲਾ ਗਿਆ ਮਕਿੰਦਰਾ ਹੁਣ ਮਾਨ ਸਨਮਾਨ ਦੋਹਾਂ ਟੀਮਾਂ ਨੂੰ ਹਰਬੰਸ ਸਿੰਘ ਜੀ ਇੱਥੇ ਦੇ ਦਿਓ ਬੂਟਾ ਸਿੰਘ ਜੀ ਜੋ ਵੀ ਦੇਣਾ ਹੈ ਹਨੇਰਾ ਆਪਣੇ ਕੋਲੇ ਸੰਤੋਖ ਸਿੰਘ ਜੀ ਤੁਹਾਡਾ ਵੀ ਵਿਸ਼ੇਸ਼ ਧੰਨਵਾਦ ਹੈ ਹਾਂਜੀ ਸਾਡੇ ਜਿੰਨੇ ਵੀ ਅਫੀਸ਼ੀਅਲ ਹੈ ਰੈਫਰੀ ਹੈ ਸਾਰਿਆਂ ਦੇ ਲਈ 100-100 ਰੁਪਈਆ ਸਰਪੰਚ ਸਾਹਿਬ ਕਲੱਬ ਦੇ ਚੇਅਰਮੈਨ ਵੀ ਨੇ ਸਰਦਾਰ ਹਰਬੰਸ ਸਿੰਘ ਜੀ ਉਹਨਾਂ ਵੱਲੋਂ ਆ ਤੇ ਗੁਰਚਰਨ ਸਿੰਘ ਆ ਸਾਰੇ ਕਮੈਂਟ ਵਾਸਤੇ ਆ ਜੀ ਕਿ ਦੋ ਵਾਸਤੇ ਆ ਸਾਰਿਆਂ ਨੂੰ ਦੇ ਦਿਓ ਯਾਰ ਸਾਰੇ ਕਮੈਂਟਰਾਂ ਵਾਸਤੇ ਕਿਉਂਕਿ ਪੁੱਛਣ ਦਾ ਫਰਜ਼ ਆ ਸਾਰੇ ਰੈਫਰੀਆਂ ਵਾਸਤੇ ਤੇ ਸਾਰੇ ਕਮੈਂਟਰੀਆਂ ਵਾਸਤੇ 100-100 ਰੁਪਏ ਦੇ ਮਾਨ ਸਨਮਾਨਾਂ ਜੀ ਬਹੁਤ ਬਹੁਤ ਧੰਨਵਾਦ ਹੈ ਪੁੱਛਣ ਦਾ ਫਰਜ਼ ਆ ਜੀ ਮੁੜ ਕੇ ਫਿਰ ਮੇਰੇ ਕੋਲ ਤੇ ਖਿੱਚੀ ਜਾਂਦੇ ਆ ਕੋਈ ਗੱਲ ਨਹੀਂ
ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਹਰਬੰਸ ਸਿੰਘ ਜੀ ਕਰ ਲਓ ਜੀ ਕਾਰਵਾਈ ਸਾਰੀ, ਦੋ ਪਾਣੀ ਵਾਲਿਆਂ ਨੂੰ ਵੀ 100-100 ਰੁਪਏ ਹਰਬੰਸ ਸਿੰਘ ਜੀ ਸਰਪੰਚ ਸਾਹਿਬ ਹੋਣਾ ਵੱਲੋਂ। ਦੋ ਪਾਣੀ ਵਾਲੇ ਸੱਜਣਾ ਉਹਨਾਂ ਦੇ ਵੇਲੇ ਮਾਨ ਸਨਮਾਨ, ਕਲੀ ਵਾਲੇ ਦਾ ਵੀ ਕਰ ਦੋ ਜੀ ਮਾਨ ਸਨਮਾਨ, ਆਪਣੇ ਸਰਦਾਰ ਜੀ ਹੈ ਕਲੀ ਵਾਲੇ ਵਾਸਤੇ ਵੀ ਹੈ। ਮੈਂ ਕਹਿੰਦਾ ਤੂੰ ਖੁਸ਼ ਹੀ ਜਾਓ ਜੀ, ਜਿਹੜੇ ਜੋ ਜੀ ਆਵਾ ਸੋ ਰਾਜੀ ਜਾਵਾ, ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹ ਜੀ ਕੀ ਬਾਤ ਹੈ, ਕਰਮੂ ਸਾਡੇ ਵੀਰ ਜੀ ਆ ਗਏ ਹੈ। ਹਾਂਜੀ ਕਿਹੜੇ ਪੈਸੇ ਜੀ, ਅੱਜ ਤਾਂ ਮਿਲਣੇ ਆ ਜੀ, ਚਾਨਣੇ ਚੱਲਦੇ ਕੋਈ ਗੱਲ ਨੀ, ਕਿਤੇ ਨੀ ਚੱਲਿਆ ਸਰਪੰਚ, ਇਹ ਆਪਣਾ ਆਪਦਾ ਕੋਈ ਗੱਲ ਨੀ, ਸਰਪੰਚ ਦਾ ਤਾਂ ਮੁੱਲ ਹੀ ਨਹੀਂ ਹੈ ਜੀ। ਬਿਲਕੁਲ ਜੀ, ਵੈਸੇ ਇਸ ਇਨਸਾਨ ਦਾ ਮੈਂ ਬਹੁਤ ਥਾਵਾਂ ਤੇ ਜ਼ਿਕਰ ਕਰਦਾ ਉਹਨਾਂ ਅਕਸਰ ਗੁਰਜਰ ਸਿੰਘ ਜੀ, ਅਕਸਰ ਇਸ ਦੁਨੀਆਂ ਮੈਂ ਅਣਜਾਣੇ ਮਿਲਤੇ ਆ ਸਰਪੰਚ ਸਾਹਿਬ, ਅਨਸਰ ਲਛਮਣ ਸਿੰਘ ਜੀ ਡੋਲ ਸਾਹਿਬ, ਲਛਮਣ ਸਿੰਘ ਜੀ ਡੋਲ ਆ ਜਾਓ ਸਾਡੇ ਕੋਲ ਤੇ ਹੋਰ ਨਾ ਸਾਤੋਂ ਪਲਾਓ ਬੋਲ, ਅਸੀਂ ਰਹੇ ਹਾਂ ਬੋਲ। ਬਹੁਤ ਇਸ ਪਰਿਵਾਰ ਤੇ ਬਸੰਸਾ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਆਪਾਂ ਦੇਖਾਂਗੇ ਜਿੱਦਾਂ ਐਤਕੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, 5 ਸਾਲ ਸੇਵਾ ਕਰਨੀ ਹੈ ਇਹਨਾਂ ਨੇ ਇਸ ਨਗਰ ਦੀ, ਬੇਖੌਫ ਹੋ ਕੇ ਸਭ ਦਾ ਪਿਆਰ ਤੇ ਸਤਿਕਾਰ ਕਰਨ ਵਾਲੇ ਸੱਜਣ ਹੈ ਸੱਚੇ ਪਾਤਸ਼ਾਹ। ਜਲਦੀ ਇਹਨਾਂ ਨੂੰ ਕਹਿੰਦੇ ਵੀ ਜਹਾਜ਼ ਦੇ ਉੱਤੇ ਕੈਨੇਡਾ ਦੇ ਵਿੱਚ ਲੈ ਕੇ ਜਾ ਰਿਹਾ, ਆਪਾਂ ਉਹ ਵੀ ਸੱਚੇ ਪਾਤਸ਼ਾਹ ਕੇ ਅਰਦਾਸ ਕਰਾਂਗੇ। ਸਾਡੇ ਲਈ ਵੀ ਕਰਦੇ ਸਹੀ ਇਹ ਬੂਟਾ ਸਿੰਘ ਜੀ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਹੁਣ, ਰਹਿੰਦੀਆਂ ਕਾਰਵਾਈਆਂ ਛੇਤੀ ਪੂਰੀਆਂ ਕਰਾ ਦਿਓ ਆਪਣੇ ਮਿੱਤਰਾਂ ਨੂੰ ਬੁਲਾ ਕੇ। ਹਾਂਜੀ ਕਿਉਂਕਿ ਨਾਲ ਜਾਣਾ ਜੀ, ਹੁਣ ਹਾਲਾਤ ਜਿਹੜੇ ਮਾੜੇ ਇੱਧਰਲਾ ਸਿਸਟਮ ਮੈਨੂੰ ਪਤਾ ਨਹੀਂ ਹੈ, ਸਾਡੇ ਤਾਂ ਉਧਰ 8 ਵਜੇ ਤੋਂ ਬਾਅਦ ਬੰਦੇ ਬੁੰਦੇ ਆਉਣ ਲੱਗ ਜਾਂਦੇ, ਇੱਕ ਦੀਵਾਲੀ ਬਣੀ ਰਹਿੰਦੀ ਹੈ। ਅਸਲ ਗੱਲ ਆ ਜੀ, ਉਹ ਸਹੀ ਗੱਲ ਆ ਜੀ, ਅਸਲ ਗੱਲ ਆ ਇਹਨਾਂ ਵਿਚਾਰਿਆਂ ਨੇ ਟਾਈਮ ਨਾ ਕਰ ਜਾਣਾ। ਹਾਂਜੀ ਬਾਜੀ, ਹਾਂਜੀ ਠੀਕ ਹੈ ਜੀ, ਪ੍ਰਾਈਜ਼ ਵੀ ਆਪਾਂ ਪਹਿਲਾ ਦੂਜਾ ਜਿਹੜਾ ਸੈਕੰਡ ਪ੍ਰਾਈਜ਼ ਦੇਣਾ, ਸਟੇਜ ਤੇ ਆਜੋ ਜੀ, ਔਰ ਸਾਰੇ ਖਿਡਾਰੀਆਂ ਦਾ ਬਹੁਤ ਧੰਨਵਾਦ ਹੈ। ਹਾਂਜੀ ਰੈਫਰੀ ਵਾਲਿਆਂ ਨੂੰ ਤੇ ਕਮੈਂਟਰੀ ਵਾਲਿਆਂ ਨੂੰ ਜ਼ਰੂਰ ਤੋਰੋ ਜਲਦੀ, ਕਿਉਂਕਿ ਵਿਚਾਰਿਆਂ ਨੇ ਜਾਣਾ ਹੈ। ਪਹਿਲਾ ਸਥਾਨ ਗਗੜੇ ਨੇ ਹਾਸਲ ਕੀਤਾ ਜੀ, ਦੂਜਾ ਬਘੇਲੇ ਵਾਲਾ ਹੈ, ਸੋ ਦੋਨੋਂ ਟੀਮ ਆਪਣਾ ਪ੍ਰਾਈਜ਼ ਲੈ ਲੈਣ। ਲਛਮਣ ਸਿੰਘ ਜੀ ਡੋਲ, ਉਹ ਵੀ ਆਪਣਾ ਸਨਮਾਨ ਚਿੰਨ ਲੈ ਲੈਣ ਜੀ ਆ ਕੇ। ਸਰਦਾਰ ਬੂਟਾ ਸਿੰਘ ਜੀ ਪ੍ਰਧਾਨ ਸਾਹਿਬ ਗਿੱਲ ਪਰਿਵਾਰ ਦੇ, ਬਹੁਤ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ। ਸਾਰੇ ਮਿੱਤਰ ਮੇਰੇ ਆਪਣੇ ਬਾਈ ਜੀ, ਜੇ ਕਿਸੇ ਦਾ ਨਾਮ ਬੋਲਣ ਵੱਲੋਂ ਰਹਿ ਗਿਆ ਹੋਵੇ ਤਾਂ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦਾ, ਕਿਉਂਕਿ ਸਾਰੇ ਮਿੱਤਰ ਆਪਣੇ, ਆਪਾਂ ਕਿਸੇ ਨੂੰ ਕਿਉਂਕਿ ਨਾਰਾਜ਼ ਨਹੀਂ ਕਰਨਾ ਜੀ, ਸਾਰੇ ਆਪਣੇ ਜੀ। ਕਈ ਵਾਰ ਨਾਂ ਲਾਇਆ ਤਾਂ ਗਰਮੀ ਬਹੁਤ ਜ਼ਿਆਦਾ ਹੈ, ਪਸੀਨਾ ਆਇਆ ਪਿਆ, ਕਿਉਂਕਿ ਸਾਨੂੰ ਖੁਦਾ ਨਹੀਂ ਪਤਾ ਵੀ ਅਸੀਂ ਕਿੱਥੇ ਤੁਰੇ ਫਿਰਦੇ ਹਾਂ, ਕਿਉਂਕਿ ਸਰੀਰ ਸਾਹਿਬ ਆਏ ਹਾਏ। ਠੀਕ ਹੈ ਜੀ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ, ਵੈਲਕਮ ਸਾਊਂਡ ਸਰਵਿਸ, ਤੁਹਾਡਾ ਵੀ ਧੰਨਵਾਦ। ਥੋੜਾ ਜਿਹਾ ਪਿੱਛੇ ਆ ਜੋ ਜੀ, ਕਿਹੜੀ ਟੀਮ ਜੀ, ਗਗੜੇ ਵਾਲੇ ਆਓ ਜੀ, ਆ ਖੜੇ ਕੋਲੇ ਖੜੇ ਆ ਜੀ, ਗਗੜੇ ਵਾਲੇ ਦਾਇਰਾ ਖੁੱਲ੍ਹਾ ਵਾਲੇ ਸਾਡੇ ਸਨਮਾਨ ਲੈ ਲਓ ਜੀ। ਆ ਫੋਟੋ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ, ਫੋਟੋ ਵਾਲੇ ਸੱਜਣ ਆ ਜਾਓ ਇੱਥੇ, ਆਪਾਂ ਖੁੱਲ ਕੇ ਜਿਹੜਾ ਸਨਮਾਨਿਤ ਕਰ ਦਿਓ ਖੁੱਲੇ ਥਾਂ ਚ, ਕਿਉਂਕਿ ਥੋੜੀ ਗਰਮੀ ਵੀ ਜ਼ਿਆਦਾ ਆ, ਪਲੇਅਰ ਵੀ ਲੁੱਬੜੇ ਆ, ਮੁੜ ਕੇ ਤੁਹਾਡੇ ਕੱਪੜੇ ਖਰਾਬ ਹੋ ਜਾਂਦੇ ਆ, ਤੇ ਸਾਬਣ ਦਾ ਰੇਟ ਤੁਹਾਨੂੰ ਪਤਾ ਜੀ ਥੋੜਾ ਵੱਧ ਕੇ ਹੈ। ਹਾਂ ਮਹਿੰਗਾਈ ਜ਼ਿਆਦਾ ਆ, ਤੁਹਾਡਾ ਸਾਊਂਡ ਕਿਹੜਾ ਬਾਜੀ, ਬਹੁਤ ਪਿਆਰਾ ਸਾਊਂਡ ਆ ਬਹੁਤ। ਹਾਂਜੀ ਵਾਹ ਜੀ, ਜੀ ਆਇਆਂ ਨੂੰ, ਹਾਂ ਪੰਜਾਬੀ ਆ, ਕਿਉਂਕਿ ਪੰਜਾਬੀ ਆ ਅਸੀਂ ਯਾਰ, ਵੈਲਕਮ ਸਾਊਂਡ। ਤੇ ਸਾਡੇ ਪੰਜਾਬ ਲਾਈਵ ਵਾਲੇ ਸੱਜਣਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਹੈ, ਤੇ ਸਟੂਡੀਓ ਵਾਲੇ ਸੱਜਣਾਂ ਦਾ ਧੰਨਵਾਦ ਆ। ਮਾਰਕਾ ਬਾਈ ਜੀ ਮਾੜੀ ਜਿਹੀ ਕੈਮਰੇ ਦੀ ਝਲਕ ਸਾਡੇ ਤੇ, ਸਾਡਾ ਮੂੰਹ ਵੀ ਵਿਖਾ ਦੇ ਕਿਤੇ ਪੰਜਾਬ ਤੇ।
ਹਾਏ ਹਾਏ ਕੀ ਹਾਲ ਆ ਬਾਈ ਗਗਨ ਹੈਪੀ ਵੀਰ ਸਾਡਾ ਜ਼ਿੰਦਗੀ ਦਾ ਬਹੁਤ ਪਿਆਰਾ ਦੋਸਤ ਆ ਆ ਜਾ ਮੇਰਾ ਬਾਈ ਨੇੜੇ ਹੀ ਆ ਜਾ ਫਿਰ ਅੱਜ ਪੰਜਾਬ ਵਾਲੇ ਸੱਜਣਾਂ ਨੂੰ ਮਿਲੀਏ ਵਾਹ ਜੀ ਕਹਿੰਦਾ ਟੀਵੀ ਤੇ ਖਬਰ ਲੱਗ ਜਾਣੀ ਜਿੱਪਾਂ ਕਰਦਾ ਸੀ ਨਾ ਯਾਰ ਐਡਾ ਤਾਂ ਬਣਾ ਲਿਆ ਬਈ ਸਾਡਾ ਵੀਰ ਕੀ ਨਾ ਕੈਮਰੇ ਵਾਲੇ ਮਿੱਤਰ ਦਾ ਆਪਣੇ ਦਾ ਇਹਨੂੰ ਰਾਜੂ ਰਾਜੂ ਕਹਿੰਦੇ ਆ ਦਿਲ ਮੇਰੇ ਤੇ ਰਾਜ ਕਰਦਾ ਲੈ ਵੀ ਰਾਜੂ ਸਿਆ ਇਧਰਲੇ ਪਾਸੇ ਮਾਰ ਝਲਕ ਫੇਰ ਪਤਾ ਲੱਗੂ ਸਾਡੇ ਦਰਸ਼ਕਾਂ ਨੂੰ ਨੈਟ ਵਾਲੇ ਮਿੱਤਰਾਂ ਨੂੰ ਨੈਟ ਵਾਲੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਈ ਜੀ ਸਤਿ ਸ੍ਰੀ ਅਕਾਲ ਆ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੁਸੀਂ ਬੁਲੰਦੀਆਂ ਛੂਹੋ ਜਿਹਨੂੰ ਨੌਕਰੀ ਨਹੀਂ ਮਿਲੀ ਉਹ ਨੌਕਰੀ ਮਿਲੀ ਪਰ ਗਾਂਹ ਵਾਲੀ ਗੱਲ ਨਹੀਂ ਬੋਲਦਾ ਜੋੜ ਕੇ ਕਿਉਂਕਿ ਗੱਲ ਥੋੜੀ ਜਿਹੀ ਉਲਟ ਹੈ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਵੈਲਕਮ ਸਾਊਂਡ ਸਰਵਿਸ ਬਹੁਤ ਬਹੁਤ ਧੰਨਵਾਦ ਥੋੜੀ ਜਿਹੀ ਆਵਾਜ਼ ਹੁਣ ਘੱਟ ਕਰ ਲਓ ਕੋਈ ਗੱਲ ਨਹੀਂ